ਸਾਨੂੰ ਦੱਸਿਆ ਸ਼੍ਰੀ ਦਸ਼ਮੇਸ਼ ਜੀ ਨੇ, ਮੌਤ ਵਿੱਚੋਂ ਵੀ ਜ਼ਿੰਦਗੀ ਪਾਈ ਦੀਏ। ਜਦੋਂ ਲਾੜੀ ਆਜ਼ਾਦੀ ਦਾ ਚਾਹ ਹੋਵੇ, ਉਦੋਂ ਹੱਸ ਕੇ ਮੌਤ ਵਿਆਈ ਦੀਏ। ਜਿਹੜਾ ਸਿੱਖੀ ਸਕੂਲ ਵਿੱਚ ਹੋਵੇ ਭਰਤੀ, ਉਹਨੂੰ ਇਹੋ ਹੀ ਸਬਕ ਪੜਾਈ ਦਾ ਏ। ਮੌਤ ਕਦੇ ਵੀ ਮਰਦਾਂ ਨੂੰ ਮਾਰਦੀ ਨਾ, ਤੇ ਝੋਲਾ ਲਾ ਫਿਰ ਦੂਸਰਾ ਪਾਈ ਦਾ ਏ, ਤੇ ਝੋਲਾ ਲਾ ਫਿਰ ਦੂਸਰਾ ਪਾਈ ਦਾ ਏ। ਉੱਡਦੇ ਪੰਛੀ ਪਿੰਜਰੇ ਪਾਉਣੀ, ਕੀ ਆਦਰ ਦਿਸ ਜਾਦਾ ਨੂੰ, ਦੇ ਗਿਉ ਬੱਲੇ ਕਾਮਣ ਲੱਗੀ, ਦਿਆਲਾ ਕਹੇ ਜਲਾਦਾ ਨੂੰ, ਦੇ ਗਿਉ ਬੱਲੇ ਕਾਮਣ ਲੱਗੀ। ਓ ਦਰਸ਼ ਗੁਰਾਂ ਦਾ ਕਰਨਾ ਮੈਂ ਤਾਂ, ਦਰਸ਼ ਗੁਰਾਂ ਦਾ ਕਰਨਾ ਮੈਂ ਤਾਂ, ਧਰ ਦਿਓ ਫਿਰ ਅੰਗਿਆਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ, ਨੱਚਣਾ ਪਊ ਤਲਵਾਰਾਂ ਤੇ, ਪੰਛੀ ਪਿੰਜਰੇ ਪਾਉਣੀ, ਕੀ ਏ ਦਰਦ ਸਜਾਦਾ ਨੂੰ, ਦੇ ਗਿਉ ਬੱਲੇ ਕਾਮਣ ਲੱਗੀ, ਦਿਆਲਾ ਕਹੇ ਜਲਾਦਾ ਨੂੰ, ਦੇ ਗਿਉ ਬੱਲੇ ਕਾਮਣ ਲੱਗੀ। ਦਰਸ਼ ਗੁਰਾਂ ਦਾ ਕਰਨਾ ਮੈਂ ਤਾਂ, ਦਰਸ਼ ਗੁਰਾਂ ਦਾ ਕਰਨਾ ਮੈਂ ਤਾਂ, ਧਰ ਦਿਓ ਫਿਰ ਅੰਗਿਆਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ, ਨੱਚਣਾ ਪਊ ਤਲਵਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ। ਮੱਟੀ ਦਾਸ ਦੇ ਜਿਸਮ ਦੇ ਅੰਦਰੀ ਘਸ ਗਏ ਦੰਦੇ ਯਾਰੇ ਦੇ, ਜਾਂਦੀ ਵਾਰੀ ਮੁਖੜਾ ਮੇਰਾ ਕਰ ਦਿਓ ਵੱਲ ਪਿਆਰੇ ਦੇ, ਜਾਂਦੀ ਵਾਰੀ ਮੁਖੜਾ ਮੇਰਾ। ਨਾਗ ਬੀਣ ਦਾ ਮੇਲ ਹੋ ਗਿਆ, ਦਰਸ਼ਨ ਕਰ ਦਿਲਦਾਰਾਂ ਦੇ, ਸਿੱਖੀ ਸਿਦਕ ਨਵਾਉਣਾ ਔਖਾ, ਨੱਚਣਾ ਪਊ ਤਲਵਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ। ਜ਼ਹਿਰ ਪਿਆਲਾ ਸ਼ਰਬਤੀ ਬਣ ਗਿਆ, ਚੜੀ ਪਾਣ ਲਗਾਠਾਂ ਦੀ, ਲੋਕੀ ਕਹਿੰਦੇ ਪਾਗਲ ਹੋ ਗਈ, ਮੀਰਾ ਬਾਈ ਰਾਠਾਂ ਦੀ, ਲੋਕੀ ਕਹਿੰਦੇ ਪਾਗਲ ਹੋ ਗਈ। ਓਲੇ ਸ਼ਹਿਰ ਦੀ ਰਾਣੀ ਘੁੰਮਦੀ, ਫਿਰਦੀ ਘਰ ਚਮਿਆਰਾਂ ਦੇ, ਸਿੱਖੀ ਸਿਦਕ ਨਵਾਉਣਾ ਔਖਾ, ਨੱਚਣਾ ਪਊ ਤਲਵਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ। ਲੱਗੀ ਲਗਣ ਇਸ਼ਕ ਦੀ ਸੀ ਜਦਾ, ਲੱਗੀ ਲਗਣ ਇਸ਼ਕ ਦੀ ਸੀ ਜਦੀ, ਚਾਰੇ ਪੁੱਤਰ ਵਾਰ ਗਿਆ, ਦਿਲ ਵਿੱਚ ਲੱਖ ਲੱਖ ਖੁਸ਼ੀਆਂ ਹੋਈਆਂ, ਜੰਗ ਨੂੰ ਜਦੋਂ ਜਜਾਰ ਗਿਆ, ਦਿਲ ਵਿੱਚ ਲੱਖ ਲੱਖ ਖੁਸ਼ੀਆਂ ਹੋਈਆਂ। ਉਹ ਕਹੇ ਜਾਰ ਦਾ ਸੱਥਰ ਚੰਗਾ,
ਦਾ ਸੱਥਰ ਚੰਗਾ, ਕਹੇ ਯਾਰ ਦਾ ਸੱਥਰ ਚੰਗਾ, ਸੌਣ ਲਗਾ ਜਦ ਖਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ, ਨੱਚਣਾ ਪਊ ਤਲਵਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ। ਜੇ ਦੇ ਵਿੱਚ ਮੀਆਂ ਮੀਰ ਕਹੇ, ਕੱਚ ਦੇ ਤੋੜੀ ਬਲੋਰ ਦਿਆਂ, ਹੁਕਮ ਯਾਰ ਦਾ ਕਰ ਮੈਂ ਚੂਰਾ, ਦਿੱਲੀ ਅਤੇ ਲਾਹੌਰ ਦਿਆਂ, ਹੁਕਮ ਯਾਰ ਦਾ ਕਰ ਮੈਂ ਚੂਰਾ। ਕਰਦਿਆਂ ਠੰਡੇ ਠਾਰ ਬਰਫ ਤੋਂ, ਕਰਦਿਆਂ ਠੰਡੇ ਠਾਰ ਬਰਫ ਤੋਂ, ਕੋਲੇ ਨੇ ਪਖਿਆਰਾਂ ਦੇ, ਸਿੱਖੀ ਸਿਦਕ ਨਵਾਉਣਾ ਔਖਾ, ਨੱਚਣਾ ਪਊ ਤਲਵਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ। ਖੜਕੀ ਤਾਰੀ ਦਿਲਾਂ ਦੀ ਦਿਲ ਚੋਂ, ਤੇ ਭਾਰੇ ਉਡਾਰੀ ਲਾਉਣ ਲਗਾ, ਅੱਖੀਆਂ ਖੋਲ ਚ ਫੇਰਾ ਤੱਕ ਲੈ, ਕਿਉਂ ਚੰਨ ਤੋਂ ਸ਼ਰਮਾਉਣ ਲਗਾ, ਅੱਖੀਆਂ ਖੋਲ ਚ ਫੇਰਾ ਤੱਕ ਲੈ। ਟੁੱਟੀ ਹੋਈ ਗੰਢ ਦੇ ਮੇਰੀ, ਟੁੱਟੀ ਹੋਈ ਗੰਢ ਦੇ ਮੇਰੀ, ਟੁੱਟੀ ਹੋਈ ਗੰਢ ਦੇ ਮੇਰੀ, ਮਤਲਬ ਫਿਰ ਸਰਕਾਰਾਂ ਦੇ, ਸਿੱਖੀ ਸਿਦਕ ਨਵਾਉਣਾ ਔਖਾ, ਨੱਚਣਾ ਪਊ ਤਲਵਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ। ਭਗਤ ਸਿੰਘ ਕੇ ਫਾਂਸੀ ਤਾਈ, ਆਣ ਜੁਲਫੇ ਯਾਰ ਦੀਏ, ਚੁਮਕੇ ਵਿੱਚ ਸਵਾਲੈ ਗੋਦੀ, ਮਿੱਠੀ ਨੀ ਪੀਂਗੀ ਪਿਆਰ ਦੀਏ, ਚੁਮਕੇ ਵਿੱਚ ਸਵਾਲੈ ਗੋਦੀ। ਰਾਜਗੁਰੂ ਸੁਖਦੇਵ ਤੋਂ ਪੁੱਛ ਲੈ, ਭਗਤ ਸਿੰਘ ਦੀਆਂ ਯਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ, ਨੱਚਣਾ ਪਊ ਤਲਵਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ। ਖੋਲਿਆ ਜਦੋਂ ਪਿਆਲਾ ਸਾਕੀ ਦਾ, ਬਦਲੇ ਵਿੱਚ ਪਰਿਵਾਰ ਦੇ ਦਿਆਂ, ਇੱਕ ਛੱਡ ਦਿਓ ਕੁੱਟ ਬਾਕੀ ਦਾ, ਬਦਲੇ ਵਿੱਚ ਪਰਿਵਾਰ ਦੇ ਦਿਆਂ। ਖੜਕੇ ਸੀਸ ਚੁਕਾ ਕੇ ਪੰਜੇ, ਖੜਕੇ ਸੀਸ ਚੁਕਾ ਕੇ ਪੰਜੇ, ਬਦਲੇ ਵਿੱਚ ਪਿਆਰਾਂ ਦੇ, ਸਿੱਖੀ ਸਿਦਕ ਨਵਾਉਣਾ ਔਖਾ, ਨੱਚਣਾ ਪਊ ਤਲਵਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ। ਧੱਕੇ ਮਾਰ ਕੇ ਡੇਰਿਓ ਕੱਢਿਆ, ਧੱਕੇ ਮਾਰ ਕੇ ਡੇਰਿਓ ਕੱਢਿਆ, ਰਮਜੀਸ਼ਕ ਦੀ ਭੁੱਲੇ ਨੂੰ, ਗਲੀਆਂ ਦੇ ਵਿੱਚ ਹੋਕੇ ਦਿੰਦਾ, ਗੁਰੂ ਮਲਾ ਦਿਓ ਬੁੱਲੇ ਨੂੰ, ਗਲੀਆਂ ਦੇ ਵਿੱਚ ਹੋਕੇ ਦਿੰਦਾ। ਪਿੰਦਾ ਮਨਪ੍ਰੀਤ ਕਵੀਸ਼ਰ, ਅਜੇ ਪਿੰਦਾ ਮਨਪ੍ਰੀਤ ਕਵੀਸ਼ਰ, ਗਾਉਂਦੇ ਉੱਚੀਆਂ ਟਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ, ਨੱਚਣਾ ਪਊ ਤਲਵਾਰਾਂ ਤੇ, ਸਿੱਖੀ ਸਿਦਕ ਨਵਾਉਣਾ ਔਖਾ। ਪਰਮ ਸਤਿਕਾਰਯੋਗ ਗੁਰੂ ਖਾਲਸਾ ਜੀ, ਆਓ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਰਵ ਮਾਈ ਭਾਈ, ਜੋ ਮੇਰੇ ਗੁਰੂ ਦਾਤੇ ਦੀ ਸਿੱਖੀ ਦਾ ਅਸੂਲ ਹੈ, ਜੋ ਮੇਰੇ ਪਾਤਸ਼ਾਹ ਨੇ ਮਹਾਨ ਘਾਲਣਾ ਘਾਲ ਕੇ ਸਾਡੀ ਝੋਲੀ ਵਿੱਚ ਫਤਿਹ ਦੀ ਦਾਤ ਬਖਸ਼ੀ ਹੈ, ਸਭ ਤੋਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ, ਆਪੋ ਆਪਣੀ ਹਾਜ਼ਰੀ ਲਵਾਈਏ, ਇੱਕੋ ਵਾਰੀ ਕਹਿਣ ਤੇ ਗੱਜ ਕੇ ਕਹੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਵਿੱਚ ਕਵਿ ਸ਼੍ਰੀ ਜਥਾ ਭਾਈ ਜਸਵੀਰ ਸਿੰਘ ਮੋਹਲੇ ਕੇ, ਸਾਥੀ ਭਾਈ ਅਜੇਪਾਲ ਸਿੰਘ ਪਰਾਚਾ, ਭੁਪਿੰਦਰ ਸਿੰਘ ਤੇੜਾ ਅਤੇ ਮਨਪ੍ਰੀਤ ਸਿੰਘ ਮੰਜਿਆਂ ਵਾਲੀ ਵੱਲੋਂ ਸਿੱਖ ਕੌਮ ਦੇ ਉਸ ਮਹਾਨ ਯੋਧੇ
ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਸਾਂਝਾ ਕੀਤਾ ਜਾ ਰਿਹਾ ਹੈ, ਜਿਸ ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲੋਂ ਬਖਸ਼ਿਸ਼ਾਂ ਲੈ ਕੇ ਜ਼ਾਲਮ ਜੁਰਵਾਣਿਆਂ ਨੂੰ ਖਤਮ ਕਰਕੇ ਸਰਹੰਦ ਦੀ ਧਰਤੀ ਤੇ ਕੇਸਰੀ ਨਿਸ਼ਾਨ ਚਲਾ ਕੇ ਪਹਿਲਾ ਖਾਲਸਾ ਰਾਜ ਕਾਇਮ ਕੀਤਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ, ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਉਹਨਾਂ ਦਾ ਜਨਮ 27 ਅਕਤੂਬਰ 1670 ਈਸਵੀ ਨੂੰ ਪਿੰਡ ਅਰਜੌੜੀ ਇਲਾਕਾ ਪੁਣਛ ਰਿਆਸਤ ਕਸ਼ਮੀਰ ਵਿਖੇ ਰਾਜਪੂਤ ਰਾਮਦੇਵ ਦੇ ਘਰ ਹੋਇਆ। ਮਾਪਿਆਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਲਕਸ਼ਮਣ ਦੇਵ ਰੱਖਿਆ ਗਿਆ। 16 ਸਾਲ ਦੀ ਉਮਰ ਵਿੱਚ ਇੱਕ ਦਿਨ ਸ਼ਿਕਾਰ ਖੇਡਦਿਆਂ ਖੇਡਦਿਆਂ ਇੱਕ ਗਰਭਵਤੀ ਹਿਰਨੀ ਨੂੰ ਤੀਰ ਮਾਰ ਕੇ ਬੇਹੋਸ਼ ਕਰ ਦਿੱਤਾ। ਸ਼ਿਕਾਰੀ ਸੁਭਾਅ ਮੁਤਾਬਿਕ ਜਦੋਂ ਲਕਸ਼ਮਣ ਦੇਵ ਨੇ ਉਸ ਦਾ ਪੇਟ ਚੀਰਿਆ, ਉਸ ਹਿਰਨੀ ਦੇ ਪੇਟ ਵਿੱਚੋਂ ਨਿਕਲੇ ਹੋਏ 2 ਬੱਚੇ ਇਹਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ। ਐਸੀ ਮਨ ਨੂੰ ਸੱਟ ਲੱਗੀ, ਐਸਾ ਝੰਜੋੜਿਆ ਗਿਆ, ਇੰਨਾ ਵਿਰਾਗ ਆਇਆ, ਆਪਣੇ ਮਨ ਨੂੰ ਲਾਹਨਤਾਂ ਪਾਉਣ ਲੱਗ ਪਿਆ ਲਕਸ਼ਮਣ ਦੇਵ। ਮਨ ਵਿੱਚ ਸੋਚਦਾ, ਉਹ ਮਨਾ ਰੱਬ ਦੇ ਬਣਾਏ ਹੋਏ ਜੀਵਾਂ ਨੂੰ ਮਾਰ ਕੇ ਕਿਵੇਂ ਰੱਬ ਦੀ ਦਰਗਾਹ ਵਿੱਚ ਬਖਸ਼ਿਆ ਜਾਵੇਗਾ। ਤੀਰ ਤੇ ਕਮਾਨ ਤੋੜ ਕੇ ਨਦੀ ਵਿੱਚ ਸੁੱਟ ਦਿੱਤੇ। ਸਾਧੂਆਂ ਵਾਲਾ ਰੂਪ ਧਾਰਨ ਕਰਕੇ ਘਰ ਤੇ ਬਾਹਰ ਤਿਆਗ ਕੇ ਕਸ਼ਮੀਰ ਵਿੱਚੋਂ ਚੱਲਦਾ ਹੋਇਆ ਪੰਜਾਬ ਵਿੱਚ ਰਾਮ ਥੰਮਣ ਦੇ ਮੇਲੇ ਵਿੱਚ ਪਹੁੰਚ ਗਿਆ। ਇੱਥੇ ਰਾਮ ਥੰਮਣ ਦੇ ਮੇਲੇ ਵਿੱਚ ਲਕਸ਼ਮਣ ਦੇਵ ਦਾ ਇੱਕ ਸਾਧੂ ਜਾਨਕੀ ਦਾਸ ਬਰਾਗੀ ਨਾਲ ਮੇਲ ਹੋਇਆ। ਕੁਝ ਸਮਾਂ ਉਸ ਸਾਧੂ ਦੀ ਸੰਗਤ ਕੀਤੀ। ਉਸ ਸਾਧੂ ਨੇ ਲਕਸ਼ਮਣ ਦੇਵ ਦਾ ਨਾਮ ਬਦਲ ਕੇ ਮਾਧੋ ਦਾਸ ਬਰਾਗੀ ਰੱਖ ਦਿੱਤਾ। ਕੁਝ ਸਮਾਂ ਉਸ ਸਾਧੂ ਕੋਲ ਰਹਿਣ ਤੋਂ ਬਾਅਦ ਇਹ ਮਾਧੋ ਦਾਸ ਬਰਾਗੀ ਮਹਾਰਾਸ਼ਟਰ ਦੀ ਧਰਤੀ ਪੰਚਵਟੀ ਦੇ ਜੰਗਲਾਂ ਵਿੱਚ ਚਲਾ ਗਿਆ। ਇੱਕ ਜੋਗੀ ਅਗਰਨਾਥ ਨਾਲ ਮਿਲਾਪ ਹੋਇਆ। ਉਸ ਜੋਗੀ ਕੋਲੋਂ ਤਾਂਤਰਿਕ ਵਿਦਿਆ ਅਤੇ ਜੰਤਰ ਮੰਤਰ ਸਿੱਖ ਕੇ ਅਖੀਰ ਦੀ ਬਾਕੀ ਏ ਨਦੇੜ ਸਾਹਿਬ ਦੀ ਧਰਤੀ ਗੋਦਾਵਰੀ ਨਦੀ ਦੇ ਕੰਢੇ ਉੱਤੇ ਆਪਣਾ ਆਸ਼ਰਮ ਬਣਾ ਕੇ ਬੈਠ ਗਿਆ। 300 ਦੇ ਕਰੀਬ ਇਸ ਮਾਧੋ ਦਾਸ ਨੇ ਚੇਲੇ ਇਕੱਠੇ ਕਰ ਲਏ। ਚੜਾਵੇ ਚੜਨੇ ਸ਼ੁਰੂ ਹੋ ਗਏ। ਡੇਰਾ ਇੰਨਾ ਚੱਲ ਗਿਆ ਕਿ ਇਸ ਮਾਧੋ ਦਾਸ ਦੀ ਮੱਤ ਉੱਤੇ ਪਰਦਾ ਪੈ ਗਿਆ। ਜਿਹੜਾ ਵੀ ਸਾਧੂ ਮਹਾਤਮਾ ਇਸ ਮਾਧੋ ਦੇ ਆਸ਼ਰਮ ਵਿੱਚ ਚੱਲ ਕੇ ਆਉਂਦਾ ਹੈ, ਉਸ ਸਾਧੂ ਨੂੰ ਬੜੇ ਸਤਿਕਾਰ ਨਾਲ ਆਪਣੇ ਪਲੰਗ ਉੱਪਰ ਬਿਠਾ ਕੇ ਬਾਅਦ ਵਿੱਚ ਆਪਣੀਆਂ ਯੋਗ ਸ਼ਕਤੀਆਂ ਨਾਲ ਉਸ ਦਾ ਪਲੰਗ ਪਲਟਾ ਦੇਣਾ ਅਤੇ ਉੱਚੀ ਉੱਚੀ ਚੇਲਿਆਂ ਸਮੇਤ ਤਾੜੀਆਂ ਮਾਰ ਕੇ ਹੱਸਣਾ ਸ਼ੁਰੂ ਕਰ ਦੇਣਾ। ਆਏ ਹੋਏ ਸਾਧੂ ਦੀ ਹੇਠੀ ਕਰਕੇ ਉਸ ਦਾ ਮਜ਼ਾਕ ਉਡਾ ਕੇ ਬਹੁਤ ਖੁਸ਼ ਹੋਣਾ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬਹਾਦਰ ਸ਼ਾਹ ਨੂੰ ਰਾਜ ਦਵਾ ਕੇ ਮਾਧੋ ਦਾਸ ਦੇ ਆਸ਼ਰਮ ਵਿੱਚ ਨਦੇੜ ਸਾਹਿਬ ਦੀ ਧਰਤੀ ਤੇ ਪਹੁੰਚੇ, ਇਤਿਹਾਸ ਦੱਸਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵੀ ਇਸ ਮਾਧੋ ਦਾਸ ਦੇ ਪਲੰਗ ਉੱਪਰ ਜਾ ਕੇ ਬਿਰਾਜਮਾਨ ਹੋਏ। ਪਤਾ ਲੱਗਾ ਮਾਧੋ ਦਾਸ ਨੂੰ ਆਪਣੀਆਂ ਯੋਗ ਸ਼ਕਤੀਆਂ ਅਤੇ ਆਪਣੇ ਜੰਤਰਾਂ ਮੰਤਰਾਂ ਨਾਲ ਲੱਗਾ ਪਲੰਗ ਮੁੱਦਾ ਕਰਨ। ਜਦੋਂ ਕੋਈ ਜੰਤਰ ਤੇ ਮੰਤਰ ਨਾ ਚੱਲਿਆ, ਮਹਾਰਾਜ ਦੇ ਸਾਹਮਣੇ ਹਾਰ ਗਿਆ, ਹੱਥ ਜੋੜ ਕੇ ਨੀਵਾਂ ਹੋ ਕੇ ਕੰਬਦੀ ਹੋਈ ਜ਼ਬਾਨ ਨਾਲ ਬੇਨਤੀ ਕਰਦਾ ਹੈ, ਮਹਾਂਪੁਰਖੋ ਆਪ ਜੀ ਕੌਣ ਹੋ? ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤਾ, ਮਾਧੋ ਦਾਸ ਪਛਾਣ ਅਸੀਂ ਕੌਣ ਹਾਂ? ਕੁਝ ਸਮਾਂ ਸੋਚਣ ਤੋਂ ਬਾਅਦ ਮਾਧੋ ਦਾਸ ਨੇ ਜਵਾਬ ਦਿੱਤਾ, ਮੈਨੂੰ ਇੰਜ ਲੱਗਦਾ ਹੈ ਆਪ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਹੋ। ਮਹਾਰਾਜ ਨੇ ਮੁਸਕਰਾ ਕੇ ਜਵਾਬ ਦਿੱਤਾ, ਜੋ ਤੂੰ ਕਿਹਾ ਉਹ ਸੱਚ ਹੈ। ਕੁਝ ਵਿਚਾਰਾਂ ਸਾਂਝੀਆਂ ਕਰਨ ਤੋਂ ਬਾਅਦ ਮਾਧੋ ਦਾਸ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਚੇਲਿਆਂ ਨੇ ਮੇਰੇ ਆਸ਼ਰਮ ਵਿੱਚ ਬੱਕਰਾ ਝਟਕਾ ਕੇ ਖੂਨ ਡੋਲ ਕੇ ਮੇਰਾ ਆਸ਼ਰਮ ਭ੍ਰਿਸ਼ਟ ਕਰ ਦਿੱਤਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਵਾਬ ਦਿੱਤਾ, ਮਾਧੋ ਦਾਸ ਖੂਨ ਤਾਂ ਤੇਰੇ ਡੇਰੇ ਦੀ ਇੱਕ ਨੁੱਕਰ ਵਿੱਚ ਡੁੱਲਿਆ ਹੋਇਆ ਹੈ, ਸਾਰਾ ਆਸ਼ਰਮ ਕਿਵੇਂ ਭ੍ਰਿਸ਼ਟ ਹੋ ਗਿਆ? ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਖੂਨ ਆਸ਼ਰਮ ਦੀ ਕਿਸੇ ਵੀ ਨੁੱਕਰ ਵਿੱਚ ਡੁੱਲ ਜਾਵੇ, ਸਮਝੋ ਸਾਰਾ ਆਸ਼ਰਮ ਭ੍ਰਿਸ਼ਟ ਹੋ ਗਿਆ। ਮੇਰੇ ਪਾਤਸ਼ਾਹ ਨੇ ਹੱਸ ਕੇ ਕਿਹਾ, ਉਹ ਮਾਧੋ ਦਾਸ ਇਸ ਆਸ਼ਰਮ ਵਿੱਚ ਡੁੱਲੇ ਹੋਏ ਖੂਨ ਦਾ ਤੈਨੂੰ ਬਹੁਤ ਦੁੱਖ ਲੱਗਾ ਹੈ। ਜਿਸ ਹਿੰਦੁਸਤਾਨ ਦੀ ਧਰਤੀ ਉੱਪਰ ਛੋਟੇ ਛੋਟੇ ਮਾਸੂਮ ਬੱਚਿਆਂ ਅਤੇ ਬੇਗੁਨਾਹਾਂ ਦੇ ਖੂਨ ਦੀਆਂ ਨਦੀਆਂ ਵਹਿ ਤੁਰੀਆਂ ਹੋਣ,
ਉਸ ਹਿੰਦੁਸਤਾਨ ਦੀ ਧਰਤੀ ਉੱਤੇ ਤੇਰਾ ਆਸ਼ਰਮ ਕਿਵੇਂ ਪਵਿੱਤਰ ਰਹਿ ਸਕਦਾ ਹੈ, ਕਿਉਂਕਿ ਤੇਰਾ ਆਸ਼ਰਮ ਵੀ ਹਿੰਦੁਸਤਾਨ ਦੀ ਧਰਤੀ ਤੇ ਹੈ, ਕਿਸੇ ਹੋਰ ਧਰਤੀ ਤੇ ਨਹੀਂ। ਸਿੱਖ ਕੌਮ ਦੇ ਮਹਾਨ ਵਿਦਵਾਨ ਬਾਪੂ ਸੋਹਣ ਸਿੰਘ ਸੀਤਲ ਚਾਰ ਲੀਨਾਂ ਲਿਖਦੇ ਹਨ। ਉਹ ਕਹਿੰਦੇ ਨੇ, ਕਿਆ ਹੱਸ ਕੇ ਸੱਚਿਆ ਸਤਿਗੁਰਾਂ ਨੇ ਗਿਆ ਪਰਖਿਆ ਪਾ ਕੇ ਅਮਾਨ ਤੇਰਾ, ਅਬਲਾ ਦੇਵੀਆਂ ਦੀ ਇੱਜ਼ਤ ਵੇਖ ਲੈਂਦੀ, ਕੀ ਨਹੀਂ ਖੋਲਦਾ ਖੂਨ ਜਵਾਨ ਤੇਰਾ, ਬੇਗੁਨਾਹਾਂ ਦੇ ਖੂਨ ਦੀਆਂ ਵਹਿ ਨਦੀਆਂ, ਪਾਪਾਂ ਨਾਲ ਭਰਿਆ ਹਿੰਦੁਸਤਾਨ ਤੇਰਾ, ਨਿਗਲ ਗਏ ਜ਼ਾਲਮਾਂ ਦੇ ਦੇਸ਼ ਅੰਦਰ, ਸੁੱਚਾ ਰਿਹਾ ਕਿਵੇਂ ਅਸਥਾਨ ਤੇਰਾ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕੋਲੋਂ ਨੌਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਸਰਵਣ ਕੀਤੀ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅਤੇ ਬਹੁਤ ਸਾਰੇ ਸਿੱਖਾਂ ਦੀਆਂ ਸ਼ਹੀਦੀਆਂ ਦੇ ਸਾਕੇ ਸਰਵਣ ਕੀਤੇ, ਪੰਜਾਬ ਦੀ ਧਰਤੀ ਉੱਪਰ ਬੇਗਨਾਹਾਂ ਉੱਪਰ ਹੁੰਦੇ ਹੋਏ ਅਤਿਆਚਾਰ ਸੁਣੇ, ਮਾਧੋ ਦਾਸ ਦਾ ਮਨ ਭਰ ਆਇਆ, ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਮੇਰੇ ਤੇ ਵੀ ਕਿਰਪਾ ਕਰਕੇ ਮੈਨੂੰ ਆਪਣਾ ਬੰਦਾ ਬਣਾਓ। ਮਹਾਰਾਜ ਕੋਲ ਅੰਮ੍ਰਿਤ ਛਕਿਆ, ਸਿੰਘ ਸੱਜਿਆ, ਕਲਗੀਧਰ ਪਿਤਾ ਨੇ ਇਸ ਦਾ ਨਾਂ ਰੱਖ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ। ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਦਾਸ ਦੇ ਸਿਰ ਤੇ ਹੱਥ ਰੱਖ ਕੇ ਆਗਿਆ ਬਖਸ਼ੋ, ਹੁਣ ਮੈਂ ਪੰਜਾਬ ਵੱਲ ਜਾਵਾਂ, ਉਹਨਾਂ ਜ਼ਾਲਮ ਜਰਵਾਣਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਬਦਲੇ ਲਵਾਂ ਜਿਨ੍ਹਾਂ ਤੁਹਾਡੇ ਪਰਿਵਾਰ ਅਤੇ ਬੇਗਨਾਹਾਂ ਉੱਪਰ ਅਤਿਆਚਾਰ ਕੀਤਾ ਹੈ। ਧੰਨ ਮੇਰੇ ਕਲਗੀਧਰ ਪਿਤਾ ਨੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ 20 ਸਿੰਘ, 5 ਪਿਆਰੇ, 1 ਨਿਸ਼ਾਨ ਸਾਹਿਬ, 1 ਨਗਾਰਾ ਅਤੇ 5 ਤੀਰ ਬਖਸ਼ੇ, ਨਾਲ ਹੀ ਇੱਕ ਲਿਸਟ ਦਿੱਤੀ ਜਿਸ ਲਿਸਟ ਉੱਪਰ ਕੁਝ ਜ਼ਾਲਮ ਜੁਰਮਾਨਿਆਂ ਦੇ ਨਾਂ ਲਿਖੇ ਹੋਏ ਸਨ। ਲੈ ਕੇ ਮੇਰੇ ਪਾਤਸ਼ਾਹ ਕੋਲੋਂ ਆ ਗਿਆ, ਜਿਵੇਂ ਵੈਰੀ ਨੂੰ ਸੋਧਣ ਵਾਸਤੇ ਗੁਰੂ ਕਾ ਖਾਲਸਾ ਨੰਦੇੜ ਸਾਹਿਬ ਦੀ ਧਰਤੀ ਤੋਂ ਤੁਰਿਆ। ਕਵੀਸ਼ਰੀ ਜਥਾ ਭਾਈ ਜਸਵੀਰ ਸਿੰਘ ਮੋਹਲੇ ਕੇ, ਸਾਥੀ ਭਾਈ ਅਜੇਪਾਲ ਸਿੰਘ ਪਰਾਚਾ, ਭੁਪਿੰਦਰ ਸਿੰਘ ਤੇੜਾ ਅਤੇ ਮਨਪ੍ਰੀਤ ਸਿੰਘ ਮੰਜਿਆਂ ਵਾਲੀ ਕੋਲੋਂ ਪਿਆਰ ਨਾਲ ਸਰਵਣ ਕਰੀਏ ਜੀ। ਆਗਿਆ ਪਾਦਸ਼ਮੇਸ਼ ਦੀ ਬੰਦਾ ਚੜਿਆਇਆ, ਜਿਸਨੇ ਵੱਲ ਪੰਜਾਬ ਦੇ ਹੈ ਕਦਮ ਵਧਾਇਆ, ਜਿਸਨੇ ਵੱਲ ਪੰਜਾਬ ਦੇ ਹੈ ਕਦਮ ਵਧਾਇਆ। ਅਣਖ ਵੀਰਤਾ ਉਸ ਦੀ ਬੋਲਾਂ ਚੋ ਕੜਕੇ, ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ, ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ। ਆਗਿਆ ਪਾਦਸ਼ਮੇਸ਼ ਦੀ ਬੰਦਾ ਚੜਿਆਇਆ, ਜਿਸਨੇ ਵੱਲ ਪੰਜਾਬ ਦੇ ਹੈ ਕਦਮ ਵਧਾਇਆ, ਜਿਸਨੇ ਵੱਲ ਪੰਜਾਬ ਦੇ ਹੈ ਕਦਮ ਵਧਾਇਆ। ਅਣਖ ਵੀਰਤਾ ਉਸ ਦੀ ਬੋਲਾਂ ਚੋ ਕੜਕੇ, ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ, ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ। ਸਮਾਣਾ ਘੇਰਿਆ ਸਿੰਘਾਂ ਸਿਰਦਾਰਾਂ, ਵਿੱਚ ਪਲਾਂ ਦੇ ਮੱਕੀਆਂ ਸੀਹਾ ਕਰ, ਵਿੱਚ ਪਲਾਂ ਦੇ ਮੱਕੀਆਂ ਸੀਹਾ ਕਰਾਂ। ਓ ਸ਼ਾਸ਼ਲ ਬਾਸ਼ਲ ਮਾਰ ਲਏ ਜੋ ਬੈਠੇ ਦੜ ਕੇ, ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ, ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ। ਓ ਫੇਰ ਜੇ ਲਾਲੋ ਦੀਨ ਨੂੰ ਸਿੰਘਾਂ ਸਿੰਘਾਂ ਕਤਲਾਇਆ, ਬਾਲ ਬੱਚਾ ਫੜੀ ਉਸ ਦਾ ਸੀ ਮਾਰ ਮਕਾਇਆ, ਬਾਲ ਬੱਚਾ ਫੜੀ ਉਸ ਦਾ ਸੀ ਮਾਰ ਮਕਾਇਆ। ਓ ਲੁੱਟ ਕੇ ਸ਼ਹਿਰ ਉਜਾੜਤਾ ਘਰ ਘਰ ਵਿੱਚ ਵੜ ਕੇ, ਲੁੱਟ ਕੇ ਸ਼ਹਿਰ ਉਜਾੜਤਾ ਘਰ ਘਰ ਵਿੱਚ ਵੜ ਕੇ, ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ, ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ। ਪਾਪੀਆਂ ਬਹੁ ਕਹਿਰੀ ਗੁਜਾਰੇ, ਆ ਚੁਣ ਚੁਣ ਸਿੰਘਾਂ ਮਾਰ ਲਏ ਸਾਰੇ ਦੇ ਸਾਰੇ,
ਚੁਣ ਚੁਣ ਸਿੰਘਾ ਮਾਰ ਲੈ ਸਾਰੇ ਦੇ ਸਾਰੇ ਚੇਤੇ ਲਾਲ ਕਰਾ ਦਿੱਤੇ ਹਿੱਕਾਂ ਤੇ ਚੜ ਕੇ ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ ਪਿੱਛੋਂ ਫੇਰੀ ਕਿੜਾਮ ਸੀ ਸ਼ਾਬਾਦ ਲੁੱਟੇ ਰੰਗੜ ਬੁਚੜ ਘੇਰ ਕੇ ਸਿੰਘਾਂ ਨੇ ਕੁੱਟੇ ਰੰਗੜ ਬੁਚੜ ਘੇਰ ਕੇ ਸਿੰਘਾਂ ਨੇ ਕੁੱਟੇ ਫੇਰ ਮੁਸਤਫਾ ਬਾਰ ਤੇ ਸਿੰਘ ਪੈ ਗਏ ਤੜਕੇ ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ ਪਿੰਡ ਕਪੂਰੀ ਲੁੱਟੇ ਨਾ ਬੰਦਾ ਸਿੰਘ ਆਖੇ ਬੰਦਾ ਸਿੰਘ ਆਖੇ ਇੱਥੇ ਵੀ ਕੁਝ ਵੱਸਦੇ ਕੁਝ ਸ਼ਾਹੀ ਰੱਖੇ ਇੱਥੇ ਵੀ ਕੁਝ ਵੱਸਦੇ ਕੁਝ ਸ਼ਾਹੀ ਰੱਖੇ ਗੱਜ ਦੇ ਸਿੰਘ ਗਿੜ ਗੱਜ ਜੀ ਉਹ ਜਿਉਂ ਬੱਦਲ ਗੜ ਕੇ ਗੱਜ ਦੇ ਸਿੰਘ ਗੜ ਗੱਜ ਜੀ ਜਿਉਂ ਬੱਦਲ ਗੜ ਕੇ ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ ਸੋਧਣ ਲੱਗੇ ਖਾਲਸੇ ਵੈਰੀ ਨੂੰ ਫੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਦੇੜ ਸਾਹਿਬ ਦੀ ਧਰਤੀ ਤੋਂ ਪੰਜਾਬ ਵੱਲ ਨੂੰ ਤੋਰ ਕੇ ਇਧਰ ਮੇਰੇ ਕਲਗੀਧਰ ਪਿਤਾ ਨੇ ਕੁਝ ਚਿੱਠੀਆਂ ਕੁਝ ਹੁਕਮਨਾਮੇ ਪੰਜਾਬ ਵੱਲ ਨੂੰ ਭੇਜ ਦਿੱਤੇ ਜਿਨ੍ਹਾਂ ਉੱਪਰ ਮਾਝੇ ਮਾਲਵੇ ਅਤੇ ਦੁਆਬੇ ਦੇ ਸਿੰਘਾਂ ਨੂੰ ਲਿਖਿਆ ਹੋਇਆ ਸੀ ਕਿ ਸਾਡਾ ਭੇਜਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਕੁਝ ਸਿੰਘਾਂ ਨੂੰ ਨਾਲ ਲੈ ਕੇ ਪੰਜਾਬ ਦੀ ਧਰਤੀ ਵੱਲ ਨੂੰ ਵੈਰੀ ਨੂੰ ਸੋਧਣ ਵਾਸਤੇ ਆ ਰਿਹਾ ਹੈ। ਇਸ ਲਈ ਵੱਧ ਤੋਂ ਵੱਧ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕਰਨੀ। ਇਤਿਹਾਸ ਦੱਸਦਾ ਹੈ ਬਾਬਾ ਫਤਿਹ ਸਿੰਘ, ਭਾਈ ਭਗਤੂ ਕਾ, ਸਰਦਾਰ ਕਰਮ ਸਿੰਘ, ਸਰਦਾਰ ਧਰਮ ਸਿੰਘ, ਭਾਈ ਕੇ ਰੂਪੇ ਵਾਲੇ, ਆਲੀ ਸਿੰਘ, ਮਾਲੀ ਸਿੰਘ, ਭਾਈ ਨਗਾਈਆ ਸਿੰਘ, ਭਾਈ ਚੂੜ ਸਿੰਘ ਆਪਣੇ ਜਥੇ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਆ ਰਲੇ। ਚੌਧਰੀ ਰਾਮ ਸਿੰਘ ਅਤੇ ਚੌਧਰੀ ਤਲੋਕ ਸਿੰਘ ਫੂਲਕੇ ਵਾਲੇ ਆਪ ਤਾਂ ਨਾ ਪਹੁੰਚੇ, ਪਰ ਬਹੁਤ ਸਾਰੇ ਆਦਮੀ ਅਤੇ ਬਹੁਤ ਸਾਰਾ ਸਮਾਨ ਬਾਬਾ ਜੀ ਦੀ ਮਦਦ ਵਾਸਤੇ ਭੇਜ ਦਿੱਤਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਕਲਗੀਧਰ ਪਾਤਸ਼ਾਹ ਵੱਲੋਂ ਲਿਖੀ ਹੋਈ ਲਿਸਟ, ਲਿਖਿਆ ਹੋਇਆ ਕਾਗਜ਼ ਪੜਿਆ, ਜਿਸ ਉੱਪਰ ਸਭ ਤੋਂ ਪਹਿਲਾਂ ਨਾਮ ਸੱਜਦ ਜਲਾਲਦੀਨ ਜਲਾਦ ਦਾ ਲਿਖਿਆ ਹੋਇਆ ਸੀ। ਇਹ ਸਮਾਣੇ ਦਾ ਰਹਿਣ ਵਾਲਾ ਸੀ। ਇਹ ਉਹ ਜਲਾਦ ਸੀ ਜਿਨ੍ਹੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਉੱਪਰ ਤੇਗ ਚਲਾ ਕੇ ਉਹਨਾਂ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦ ਕੀਤਾ ਸੀ। ਹੁਕਮ ਕੀਤਾ ਗਿਆ ਬਾਬਾ ਜੀ ਵੱਲੋਂ ਸਿੰਘਾਂ ਨੂੰ ਜਲਾਲਦੀਨ ਜਲਾਦ ਨੂੰ ਪਰਿਵਾਰ ਸਮੇਤ ਪਕੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਏ। ਬਸ ਹੁਕਮ ਹੋਣ ਦੀ ਦੇਰ ਸੀ, ਸਿੰਘਾਂ ਵੱਲੋਂ ਜਲਾਲਦੀਨ ਜਲਾਦ ਨੂੰ ਪਕੜਿਆ ਗਿਆ, ਉਸ ਨੂੰ ਉਸ ਤੇ ਕੀਤੇ ਹੋਏ ਜ਼ੁਲਮ ਦੀ ਸਜ਼ਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਫੇਰ ਵਾਰੀ ਆਈ ਸ਼ਾਸ਼ਲ ਤੇ ਬਾਸ਼ਲ ਬੇਗ ਦੀ। ਇਹ ਉਹ ਮੁਸਲਮਾਨ ਭਰਾ ਸਨ ਜਿਨ੍ਹਾਂ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਛਾਤੀ ਉੱਪਰ ਬੈਠ ਕੇ ਉਹਨਾਂ ਦੇ ਸਿਰ ਧੜ ਤੋਂ ਅਲੈਦਾ ਕੀਤੇ ਸਨ। ਵਜ਼ੀਰ ਖਾਨ ਨੂੰ ਕਿਹਾ ਸੀ, ਵਜ਼ੀਰ ਖਾਨ ਜੇ ਤੁਹਾਡੀ ਕਚਹਿਰੀ ਵਿੱਚ ਚੱਲਦਾ ਹੋਇਆ ਸਾਡਾ ਕੇਸ ਮਾਫ ਹੋ ਜਾਵੇ, ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਮਾਰਨ ਵਾਸਤੇ ਤਿਆਰ ਹਾਂ। ਇਹਨਾਂ ਨੂੰ ਵੀ ਪਕੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਹੁਕਮ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਮਾਣਾ ਸ਼ਹਿਰ ਉਜਾੜ ਦਿੱਤਾ ਜਾਏ। ਹੁਕਮ ਹੋਣ ਦੀ ਦੇਰ ਸੀ, 26 ਨਵੰਬਰ 1709 ਨੂੰ ਸਮਾਣਾ ਸ਼ਹਿਰ ਉਜਾੜ ਦਿੱਤਾ ਗਿਆ। ਲੁੱਟਿਆ ਹੋਇਆ ਸਮਾਨ ਗਰੀਬਾਂ ਨੂੰ ਵੰਡ ਦਿੱਤਾ ਗਿਆ। ਇਸ ਤੋਂ ਪਿੱਛੋਂ ਵਾਰੀ ਆਈ ਘੁੜਾਮ ਸ਼ਾਹਬਾਦ ਅਤੇ ਮੁਸਤਫਾਬਾਦ ਦੀ। ਇੱਥੋਂ ਦੇ ਕੁਝ ਜ਼ਾਲਮ ਜੁਰਮਾਨੇ ਸੋਧੇ ਗਏ। ਆਖਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਨੇੜੇ ਕਪੂਰੀ ਸ਼ਹਿਰ ਵਿੱਚ
ਕੁਝ ਹਾਕਮ ਰਹਿੰਦੇ ਹਨ ਜੋ ਗਰੀਬਾਂ ਦੀਆਂ ਧੀਆਂ ਜ਼ਬਰਦਸਤੀ ਚੁੱਕ ਕੇ ਉਹਨਾਂ ਦੀ ਇੱਜ਼ਤ ਲੁੱਟਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਕਪੂਰੀ ਦੇ ਹਾਕਮਾਂ ਨੂੰ ਖਤਮ ਕਰਕੇ ਕਪੂਰੀ ਦਾ ਨਾਮੋ ਨਿਸ਼ਾਨ ਮਿਟਾ ਕੇ ਗਰੀਬਾਂ ਦੀਆਂ ਧੀਆਂ ਛੁਡਾ ਕੇ ਉਹਨਾਂ ਦੇ ਘਰੋ ਘਰੀ ਪਹੁੰਚਾਇਆ। ਜਿਹੜੀ ਲਿਸਟ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸੀ ਉਸ ਉੱਪਰ ਸਡੌਰੇ ਦੇ ਰਹਿਣ ਵਾਲੇ ਉਸਮਾਨ ਖਾਨ ਦਾ ਵੀ ਨਾਂ ਸੀ। ਇਸ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪਿਆਰੇ ਸਿੱਖ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਬਸ ਜਦੋਂ ਪਤਾ ਲੱਗਾ ਸਿੰਘਾਂ ਨੂੰ ਉਸ ਵੇਲੇ ਸਡੌਰੇ ਵੱਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮ ਨਾਲ ਚੜ੍ਹਾਈ ਕਰ ਦਿੱਤੀ ਗਈ। ਕਿਵੇਂ ਉਸ ਉਸਮਾਨ ਖਾਨ ਨੂੰ ਉਹਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਦੇਣ ਵਾਸਤੇ ਉਹਦਾ ਕੀਰਤਨ ਸੋਲਾ ਪੜਨ ਵਾਸਤੇ ਉਹਨੂੰ ਮੌਤ ਦੇ ਘਾਟ ਉਤਾਰਨ ਵਾਸਤੇ ਗੁਰੂ ਕਾ ਖਾਲਸਾ ਸਡੌਰੇ ਨੂੰ ਚੜ੍ਹਦਾ। ਮੇਰੇ ਸਾਥੀ ਭਾਈ ਅਜੇ ਪਾਲ ਸਿੰਘ ਪ੍ਰਾਚਾ, ਭੁਪਿੰਦਰ ਸਿੰਘ ਤੇੜਾ ਅਤੇ ਮਨਪ੍ਰੀਤ ਸਿੰਘ ਮੰਜਿਆਂ ਵਾਲੀ, ਭਾਈ ਜਸਵੀਰ ਸਿੰਘ ਮੋਹਲੇ ਕੇ ਦੇ ਜਥੇ ਕੋਲੋਂ ਇੰਜ ਸਰਣ ਕਰੀਏ ਜੀ, ਸੁਣੀਏ ਪਿਆਰ ਨਾਲ। ਚੜਿਆ ਵੱਲ ਸਡੋਰੇ ਦਲ ਸਿੰਘਾਂ ਸਰਦਾਰਾਂ ਦਾ, ਚੜਿਆ ਵੱਲ ਸਡੋਰੇ ਦਲ ਸਿੰਘਾਂ ਸਰਦਾਰਾਂ ਦਾ, ਸੁਣਿਆ ਪਾਪੀ ਰਹਿੰਦੇ ਨੇ ਪੀਰ ਬੁੱਧੂ ਸ਼ਾਹ ਜਿਉਂਦਾ ਬੰਨ ਜਲਾਇਆ, ਜਿਸਨੇ ਪੀਰ ਬੁੱਧੂ ਸ਼ਾਹ ਜਿਉਂਦਾ ਬੰਨ ਜਲਾਇਆ, ਕੀਤਾ ਕਹਿਰੀਏ ਸੁਣੇ ਜਗ ਤੋਂ ਬਾਰਾ ਸਾਈ ਤੇ ਸੱਚ ਅੱਖਾਂ, ਕੀਤਾ ਕਹਿਰੀਏ ਸੁਣੇ ਜਗ ਤੋਂ ਬਾਰਾ ਸਾਈ ਤੇ ਜਦ ਸਿੰਘਾਂ ਸਰਦਾਰਾਂ ਨੇ, ਕੱਲਾ ਕੱਲਾ ਫੜ ਕੇ ਸਿੰਘਾਂ ਦੇ ਕਤਲਾ,
ਸਿੰਘ ਸ਼ਾਹ ਉਹ ਗੁਰੂ ਕਾ ਸਿੱਖ ਸੀ ਜਿਨ੍ਹੇ ਭੰਗਾਣੀ ਦੇ ਯੁੱਧ ਵਿਚ ਆਪਣੇ ਭਰਾ ਤੇ ਭਤੀਜੇ ਸ਼ਹੀਦ ਕਰਵਾਏ ਸਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਦਿਨ ਕੋਲ ਬੁਲਾ ਕੇ ਪੀਰ ਬੁੱਧੂ ਸ਼ਾਹ ਨੂੰ ਆਖਿਆ, ਪੀਰ ਜੀ, ਗੁਰੂ ਨਾਨਕ ਦੇ ਘਰ ਵਾਸਤੇ ਤੁਸੀਂ ਆਪਣੇ ਪੁੱਤਰ ਅਤੇ ਭਤੀਜਿਆਂ ਦੀ ਕੁਰਬਾਨੀ ਦਿੱਤੀ ਹੈ, ਮੰਗ ਲੋ ਜੋ ਕੁਝ ਮੰਗਣਾ ਹੈ। ਗੁਰੂ ਨਾਨਕ ਦੇ ਘਰ ਵਿਚ ਤੁਹਾਡੇ ਵਾਸਤੇ ਦਰਵਾਜ਼ੇ ਖੁੱਲ ਗਏ ਹਨ। ਇਤਿਹਾਸ ਦੱਸਦਾ ਹੈ ਪੀਰ ਬੁੱਧੂ ਸ਼ਾਹ ਨੂੰ ਮੇਰੇ ਪਾਤਸ਼ਾਹ ਨੇ 3 ਵਾਰੀ ਮੰਗਣ ਵਾਸਤੇ ਆਖਿਆ। ਪੀਰ ਬੁੱਧੂ ਸ਼ਾਹ ਨੇ ਉਸ ਵੇਲੇ ਬੇਨਤੀ ਕੀਤੀ, ਸਤਿਗੁਰੂ ਜੇ ਕਿਰਪਾ ਕੀਤੀ ਜੇ ਤੁੱਠੇ ਹੋ। ਮਹਾਰਾਜ ਜੀ, ਉਸ ਵੇਲੇ ਇਤਿਹਾਸ ਦੱਸਦਾ ਹੈ ਕਿ ਕੇਸਾਂ ਨੂੰ ਕੰਘਾ ਕਰ ਰਹੇ ਸਨ, ਕਿਰਪਾ ਕਰਕੇ ਮੇਰੀ ਝੋਲੀ ਵਿਚ ਕੇਸਾਂ ਸਮੇਤ ਕੰਘਾ ਪਾ ਦਿਓ। ਮੈਂ ਸਮਝ ਲਵਾਂਗਾ ਕਿ ਦੁਨੀਆਂ ਦੀਆਂ ਸਾਰੀਆਂ ਦਾਤਾਂ ਗੁਰੂ ਨਾਨਕ ਨੇ ਮੇਰੀ ਝੋਲੀ ਵਿਚ ਪਾ ਦਿੱਤੀਆਂ ਨੇ। ਉਸਮਾਨ ਖਾਨ ਨੂੰ ਪਤਾ ਲੱਗਾ ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਥ ਦਿੱਤਾ ਹੈ। ਧਰਤੀ ਵਿਚ ਗੱਡ ਕੇ ਪੀਰ ਬੁੱਧੂ ਸ਼ਾਹ ਨੂੰ ਉਹਦੇ ਸਿਰ ਚ ਦਹੀਂ ਪਾ ਕੇ ਕੁੱਤਿਆਂ ਕੋਲੋਂ ਤੜਵਾ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਸਿੱਖ ਜਗਤ ਉਸ ਪੀਰ ਬੁੱਧੂ ਸ਼ਾਹ ਦਾ ਵੀ ਸਦਾ ਰਿਣੀ ਰਹੇਗਾ। ਇਸ ਪੀਰ ਬੁੱਧੂ ਸ਼ਾਹ ਦੇ ਕਾਤਲ ਉਸਮਾਨ ਖਾਨ ਨੂੰ ਪਕੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬਾਕੀ ਜਿੰਨੇ ਵੀ ਇਸ ਉਸਮਾਨ ਖਾਨ ਦਾ ਸਾਥ ਦੇਣ ਵਾਲੇ ਸਨ ਉਹਨਾਂ ਨੂੰ ਵੀ ਪਕੜ ਕੇ ਸੱਜਦ ਦੀ ਹਵੇਲੀ ਵਿਚ ਲਿਆ ਕੇ ਖਤਮ ਕਰ ਦਿੱਤਾ ਗਿਆ। ਇਧਰ ਬਾਕੀ ਦੇ ਪਿੰਡਾਂ ਚ ਰਹਿਣ ਵਾਲੇ ਬਹੁਤ ਸਾਰੇ ਸਿੰਘ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਇਕੱਤਰ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਦਲ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ। ਇਧਰ ਵਜ਼ੀਰ ਖਾਨ ਨੂੰ ਖਬਰ ਮਿਲੀ ਬਹੁਤ ਸਾਰੇ ਸਿੰਘ ਸਤਲੁਜ ਦਰਿਆ ਪਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦਾ ਸਾਥ ਦੇਣਾ ਚਾਹੁੰਦੇ ਹਨ। ਮਲੇਰੀਏ ਪਠਾਣਾ ਨੂੰ ਹੁਕਮ ਕਰ ਦਿੱਤਾ ਗਿਆ ਸਤਲੁਜ ਦਰਿਆ ਤੇ ਮੋਰਚੇ ਲਾ ਕੇ ਇਨ੍ਹਾਂ ਸਿੰਘਾਂ ਨੂੰ ਰੋਕਿਆ ਜਾਏ। ਜਦੋਂ ਸਿੰਘ ਰੋਪੜ ਦੇ ਨੇੜੇ ਪਹੁੰਚੇ ਇਧਰੋਂ ਮਲੇਰੀਏ ਪਠਾਣ ਵੀ ਪਹੁੰਚ ਚੁੱਕੇ ਸਨ। ਦੋਹਾਂ ਧਿਰਾਂ ਦਾ ਆਮੋ ਸਾਹਮਣੇ ਬਹੁਤ ਭਾਰੀ ਘਮਸਾਨ ਦਾ ਯੁੱਧ ਹੋਇਆ, ਖਿਜ਼ਰ ਖਾਂ ਮਾਰਿਆ ਗਿਆ ਔਰ ਗੁਰੂ ਕੇ ਖਾਲਸੇ ਨੇ ਇਨ੍ਹਾਂ ਪਠਾਣਾਂ ਦੇ ਘਾਣ ਲਾ ਦਿੱਤੇ। ਵਲੀ ਮੁਹੰਮਦ ਖਾਂ ਵੀ ਮਾਰਿਆ ਗਿਆ ਅਤੇ ਹੋਰ ਬਹੁਤ ਸਾਰੇ ਪਠਾਣ ਸਿੰਘਾਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤੇ ਗਏ। ਰੋਪੜ ਦੇ ਮੈਦਾਨ ਨੂੰ ਫਤਿਹ ਕਰਕੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਚ ਜਾ ਰਲੇ। ਤਕਰੀਬਨ 40,000 ਸਿੰਘ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕਲਗੀ ਧਰ ਦੀਆਂ ਚਿੱਠੀਆਂ ਪੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਇਕੱਤਰ ਹੋਇਆ। ਬਹੁਤ ਸਾਰੇ ਸਿੰਘ ਸਰਹੰਦ ਉੱਪਰ ਧਾਵਾ ਬੋਲਣ ਵਾਸਤੇ ਕਾਲੇ ਪੈ ਰਹੇ ਸਨ। ਬਾਬਾ ਜੀ, ਛੇਤੀ ਹੁਕਮ ਦਿਓ ਵਜ਼ੀਰ ਖਾਨ ਨੂੰ ਪਕੜਿਆ ਜਾਵੇ ਔਰ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਇਸ ਤਰ੍ਹਾਂ ਨਹੀਂ, ਸਭ ਤੋਂ ਪਹਿਲਾਂ ਵਜ਼ੀਰ ਖਾਨ ਨੂੰ ਇੱਕ ਚਿੱਠੀ ਲਿਖੀ ਜਾਵੇਗੀ। ਚੁੱਕੀ ਹੈ ਕਲਮ, ਬਾਬਾ ਬੰਦਾ ਸਿੰਘ ਬਹਾਦਰ ਨੇ ਜੋਸ਼ ਵਿਚ ਆ ਕੇ ਇੱਕ ਚਿੱਠੀ ਲਿਖੀ। ਸਿੱਖ ਕੌਮ ਦੇ ਮਹਾਨ ਢਾਡੀ ਬਾਪੂ ਸੁਣ ਸਿੰਘ ਸੀਤਲ ਜੀ 4 ਲਾਈਨਾਂ ਲਿਖਦੇ ਹਨ। ਉਹ ਕਹਿੰਦੇ, ਬੰਦਾ ਸਿੰਘ ਪੰਜਾਬ ਚ ਜਦੋਂ ਵੜਿਆ ਰਲੇ ਮਾਲਵੇ ਦੇ ਸਿੰਘ ਆ ਭਾਈ, ਪਹਿਲੇ ਹੱਥ ਸਮਾਣੇ ਨੂੰ ਮਾਰ ਲਿਆ, ਫਿਰ ਪਏ ਕੜਾਮ ਤੇ ਜਾ ਭਾਈ, ਸ਼ਾਹਬਾਦ ਤੇ ਮੁਸਤਫਾਬਾਦ ਮਾਰੇ, ਦਿੱਤੀ ਮਾਰ ਕਪੂਰੀ ਉਡਾ ਭਾਈ, ਫੇਰ ਮਾਰ ਸਡੋਰੇ ਨੂੰ ਚੌੜ ਕੀਤਾ, ਬਦਲਾ ਪੀਰ ਦਾ ਲਿਆ ਚੁਕਾ ਭਾਈ, ਜਦੋਂ ਲੁੱਟ ਬਨੂੜ ਨੂੰ ਅਗਾਂਹ ਵਧਿਆ ਪਹੁੰਚੇ ਸਿੰਘ ਮਜੈਲ ਵੀ ਆ ਭਾਈ, ਰਲ ਕੇ ਸਾਰਿਆਂ ਛੱਤ ਨੂੰ ਫਤਿਹ ਕੀਤਾ, ਡੇਰੇ ਇਹ ਸਥਾਨ ਤੇ ਦਿੱਤੇ ਲਾ ਭਾਈ। ਬੰਦਾ ਸਿੰਘ ਸਰਹੰਦ ਨੂੰ ਖਤ ਲਿਖਿਆ, ਦਿੱਤਾ ਪਾਸ ਵਜ਼ੀਰੇ ਪਚਾ ਭਾਈ, ਸਹਿਬਜ਼ਾਦਿਆਂ ਦਾ ਵੈਰ ਲੈਣ ਤੇ ਇਥੋਂ ਗੁਰੂ ਖਾਲਸਾ ਗਿਆ ਹੀ ਆ ਭਾਈ, ਖਬਰਦਾਰ ਹੋ ਆਪਣਾ ਫਿਕਰ ਕਰ ਲੈ, ਦਿਲ ਚ ਰਹੇ ਨਾ ਹੀ ਪਛਤਾ ਭਾਈ। ਲਿਖਿਆ ਸੀ, ਵਜ਼ੀਰ ਖਾਂ, ਜੋ ਖਾਣਾ ਉਹ ਖਾ ਲੈ, ਜੋ ਪਹਿਨਣਾ ਉਹ ਪਹਿਨ ਲੈ, ਬਸ ਤੇਰੀ ਮੌਤ ਹੁਣ ਤੇਰੇ ਕੋਲ ਆਣ ਪਹੁੰਚੀ ਹੈ। ਜੋ ਕੁਝ ਉਸ ਚਿੱਠੀ ਉੱਪਰ ਲਿਖਿਆ ਸੀ ਭਾਈ ਜਸਬੀਰ ਸਿੰਘ ਮੋਹਲੇਕੇ ਦਾ ਜਥਾ ਇਉਂ ਪੇਸ਼ ਕਰ ਰਿਹਾ ਜੀ, ਸੁਣੀਏ ਪਿਆਰ ਨਾਲ। ਲਿਖੇ ਚਿੱਠੀ ਬੰਦਾ ਸਿੰਘ ਨੇ ਵੱਲ ਸੂਬੇ ਦੇ ਪਾਈ, ਤੇਰੀ ਵਾਰੀ ਆ ਗਈ ਖਾਨਾ, ਤੂੰ ਹੈ ਆਪਣੀ ਮਚਾਈ, ਉਹ ਜਲੀ ਜੋ ਭਾਜੀ ਲਾਉਣੀ ਤੇਰੀ, ਤੂੰ ਅੱਖਾਂ ਵਿੱਚ ਰੜਕੇ
ਮਲ ਸੂਬੇ ਦੇ ਪਾਈ ਤੇਰੀ ਵਾਰੀ ਆ ਗਈ ਖਾਨਾ ਤੂੰ ਹੈ ਅਤਮ ਚਾਹੀ ਚੜੀ ਜੋ ਭਾਜੀ ਲਾਉਣੀ ਤੇਰੀ ਤੂੰ ਅੱਖਾਂ ਵਿੱਚ ਰੜਕੇ ਕਰ ਲੈ ਖਾਨਾ ਜੋ ਕੁਝ ਕਰਨਾ ਖਾਸ ਆਉਣਾ ਚੜਕੇ ਛੋਟੇ ਲਾਲ ਗੁਰਾਂ ਦੇ ਨੀਹਾਂ ਵਿੱਚ ਖਲਿਆਰੇ ਤੈਨੂੰ ਸ਼ਰਮ ਰਤਾਣਾ ਆਈ ਕਿੰਨੇ ਕਹਿਰ ਗੁਜ਼ਾਰੇ ਕੀਤੀਆਂ ਖਤਮ ਤੂੰ ਨਿੱਕੀਆਂ ਜਿੰਦਾ ਬਿਨਾਂ ਕਸੂਰੋਂ ਫੜ ਕੇ ਕਰ ਲੈ ਖਾਨਾ ਜੋ ਕੁਝ ਕਰਨਾ ਖਾਸ ਆਉਣਾ ਚੜ ਕੇ ਲੱਖਣੋਂ ਚੱਲ ਕੇ ਮੈਂ ਆਇਆ ਤੈਨੂੰ ਸਬਕ ਸਿਖਾਉਣਾ ਭੱਜ ਲੈ ਜੇਕਰ ਭੱਜਿਆ ਜਾਂਦਾ ਫੇਰ ਵਕਤ ਨਹੀਂ ਆਉਣਾ ਉਹ ਦੱਸਿਆ ਨਹੀਂ ਏ ਫੇਰ ਨਾ ਆਖੀ ਵੇਖ ਲੈ ਚਿੱਠੀ ਪੜ ਕੇ ਕਰ ਲੈ ਖਾਨਾ ਜੋ ਕੁਝ ਕਰਨਾ ਖਾਸ ਆਉਣਾ ਚੜ ਕੇ ਪਾਪ ਕਮਾਉਣਾ ਬੜਾ ਹੈ ਸੌਖਾ ਪਾਪ ਕਮਾਉਣਾ ਬੜਾ ਹੈ ਸੌਖਾ ਸੱਚ ਸਿਆਣੇ ਆਉਂਦੇ ਆਪਣੇ ਉੱਪਰ ਜਦੋਂ ਹੈ ਪੈਂਦੀ ਫਿਰ ਪਿੱਛੋਂ ਪਛਤਾਉਂਦੇ ਕੀਤੀ ਦਾ ਫਲ ਦੇਣਾ ਪੈਣਾ ਵਿੱਚ ਮੈਦਾਨੇ ਖੜ ਕੇ ਕਰ ਲੈ ਖਾਨਾ ਜੋ ਕੁਝ ਕਰਨਾ ਖਾਸ ਆਉਣਾ ਚੜ ਕੇ ਸੱਦ ਲੈ ਜੋ ਜਰਨੈਲ ਤੂੰ ਸਦਣੇ ਖਾਲਸਾ ਤੈਨੂੰ ਕਹਿੰਦਾ ਪਰਖੇ ਜਾਣਗੇ ਬਾਜੂ ਸਭ ਦੇ ਮਾਣ ਜਿਨਾ ਤੇ ਰਹਿੰਦਾ ਜੋ ਕੁਝ ਖਾਣਾ ਰੱਜ ਕੇ ਖਾ ਲੈ ਐਵੇਂ ਰਹੀ ਨਾ ਤੜਕੇ ਕਰ ਲੈ ਖਾਨਾ ਜੋ ਕੁਝ ਕਰਨਾ ਖਾਸ ਆਉਣਾ ਚੜ ਕੇ ਦਸਗੁਰਾਂ ਦਾ ਹੁਕਮ ਜੋ ਸਾਨੂੰ ਅਸਾਂ ਨੇ ਪੂਰਾ ਕਰਨਾ ਗਿਣ ਗਿਣ ਲੈਣੇ ਬਦਲੇ ਤੈਥੋਂ ਮਾਫ ਕਦੇ ਨਹੀਂ ਕਰਨਾ ਰੱਬ ਨੂੰ ਭੁੱਲ ਕੇ ਪਾਪ ਜੋ ਕਰਦੇ ਮੌਤ ਨਾ ਸਿਰ ਕੱਟ ਕੇ ਕਰ ਲੈ ਖਾਨਾ ਜੋ ਕੁਝ ਕਰਨਾ ਖਾਸ ਆਉਣਾ ਚੜ ਕੇ ਜਿਹੜੇ ਗਿਣੇ ਥੋੜੇ ਤੇਰੇ ਦਿਨ ਰਹਿ ਗਿਣੇ ਥੋੜੇ ਤੇਰੇ ਕਰ ਲੈ ਝੱਟ ਤਿਆਰੀ ਮੰਨਾ ਪਿੰਦਾ ਜੇ ਸਿੰਘ ਆਖੇ ਬਸ ਹੁਣ ਤੇਰੀ ਵਾਰੀ ਜਗਰਵੀਰ ਸਿੰਘਾ ਹੁਣ ਚਿੱਠੀ ਪੜ ਕੇ ਸੀਨਾ ਉਸ ਦਾ ਧੜਕੇ ਕਰ ਲੈ ਖਾਨਾ ਜੋ ਕੁਝ ਕਰਨਾ ਖਾਸ ਆਉਣਾ ਚੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਚਿੱਠੀ ਉੱਪਰ ਲਿਖਿਆ ਸੀ ਵਜ਼ੀਰ ਖਾਂ ਯਾਦ ਰੱਖ ਤੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਉਹਨਾਂ ਉੱਪਰ ਬਹੁਤ ਸਾਰਾ ਅਤਿਆਚਾਰ ਕੀਤਾ ਹੈ ਅੱਜ ਤੈਨੂੰ ਤੇਰੇ ਕੀਤੇ ਹੋਏ ਪਾਪਾਂ ਦੀ ਸਜ਼ਾ ਦੇਣ ਵਾਸਤੇ ਗੁਰੂ ਕਾ ਖਾਲਸਾ ਆ ਰਿਹਾ ਹੈ ਜੋ ਤਿਆਰੀ ਤੂੰ ਕਰਨੀ ਉਹ ਕਰ ਸਕਦਾ ਹੈ ਜਿਹੜੇ ਸੂਰਮੇ ਜਿਹੜੇ ਜਰਨੈਲ ਤੂੰ ਸਦਨੇ ਉਹ ਸੱਦ ਸਕਦਾ ਹੈ ਜਿਹੜੇ ਮੈਦਾਨ ਵਿੱਚ ਕਹੇਗਾ ਬੰਦਾ ਸਿੰਘ ਤੇਰੇ ਨਾਲ ਉਸ ਮੈਦਾਨ ਵਿੱਚ ਦੋ ਹੱਥ ਕਰਨ ਨੂੰ ਤਿਆਰ ਹੈ ਕਹਿੰਦੇ ਨੇ ਚਿੱਠੀ ਪੜ ਕੇ ਇੱਕ ਵਾਰੀ ਵਜ਼ੀਰ ਖਾਂ ਦੀਆਂ ਅੱਖਾਂ ਸਾਹਮਣੇ ਮੌਤ ਨਾ ਝੁੱਠੀ ਉਹ ਕੰਬ ਉੱਠਿਆ ਮਨ ਵਿੱਚ ਸੋਚਦਾ ਹੁਣ ਕੀ ਕਰਾਂ ਕਿਸ ਪਾਸੇ ਜਾਵਾਂ ਖਾਲਸਾ ਮੈਨੂੰ ਬਖਸ਼ੇਗਾ ਨਹੀਂ ਇਹਨੇ ਸੱਦਿਆ ਆਪਣੇ ਸਭ ਤੋਂ ਵੱਡੇ ਜਰਨੈਲ ਸ਼ੇਰ ਖਾਂ ਨੂੰ ਕਹਿੰਦਾ ਸ਼ੇਰ ਖਾਂ ਜੀ ਹੁਣ ਕੀ ਹੋਣਾ ਚਾਹੀਦਾ ਹੈ ਸ਼ੇਰ ਖਾਂ ਜਰਨੈਲ ਨੇ ਆਖਿਆ ਵਜ਼ੀਰ ਖਾਂ ਬੰਦੇ ਨੂੰ ਕਦੇ ਵੀ ਜ਼ਿੰਦਗੀ ਵਿੱਚ ਪਾਪ ਨਹੀਂ ਕਰਨਾ ਚਾਹੀਦਾ ਇਹ ਉਹ ਸ਼ੇਰ ਖਾਂ ਸੀ ਜਿਹਨੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਰਾ ਮਾਰਿਆ ਵਜ਼ੀਰ ਖਾਂ ਨੂੰ ਆਖਿਆ ਵਜ਼ੀਰ ਖਾਂ ਜਦੋਂ ਪਾਪ ਕੀਤਾ ਹੋਵੇ ਫਿਰ ਬੰਦੇ ਨੂੰ ਮੌਤ ਤੋਂ ਨਹੀਂ ਡਰਨਾ ਚਾਹੀਦਾ
ਹੁਣ ਸਾਨੂੰ ਸਾਰਿਆਂ ਨੂੰ ਰਲ ਕੇ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਹੁਕਮ ਹੋਇਆ ਵਜ਼ੀਰ ਖਾਂ ਵੱਲੋਂ ਹਰਾ ਝੰਡਾ ਗੜ ਦਿੱਤਾ ਜਾਏ, ਸਾਰਾ ਮੁਗਲ ਮਲਖਈਆ ਇਕੱਠਾ ਕਰ ਲਿਆ ਜਾਵੇ, ਇਲਾਕੇ ਦੇ ਚੌਧਰੀ ਵੀ ਬੁਲਾਏ ਜਾਣ, ਜਹਾਜ਼ ਦੀ ਪਣ ਜਿੱਥੋਂ ਤੱਕ ਚੜ ਸਕਦੀ ਹੈ ਚੜਾ ਦਿੱਤੀ ਜਾਏ। ਮੁੱਕਦੀ ਗੱਲ, ਫੈਸਲਾ ਲਿਆ ਗਿਆ ਕਿ ਸਰਹੰਦ ਤੋਂ 12 ਕੋਹ ਦੀ ਦੂਰੀ ਤੇ ਚੱਪੜਚਿੜੀ ਦੇ ਮੈਦਾਨ ਵਿਚ ਮੋਰਚੇ ਲਾ ਦਿੱਤੇ ਜਾਣ, ਤੋਪਾਂ ਗੜ ਦਿੱਤੀਆਂ ਜਾਣ, ਵਾਧਾ ਹੋਇਆ ਖਾਲਸੇ ਦਾ ਤੂਫਾਨ ਚੱਪੜਚਿੜੀ ਦੇ ਮੈਦਾਨ ਵਿਚ ਰੋਕ ਦਿੱਤਾ ਜਾਏ। ਆਪਣੇ ਗਾਜੀ ਸੂਰਮਿਆਂ ਅਤੇ ਮਲੇਰੀਏ ਪਠਾਣਾ ਨੂੰ ਵੰਗਾਰ ਵੰਗਾਰ ਕੇ ਕਹਿ ਰਿਹਾ ਸੀ ਸੂਬਾ ਸਰਹੰਦ, ਮੇਰੇ ਬਹਾਦਰ ਸੂਰਮਿਓ, ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਟੁੱਟ ਕੇ ਪੈ ਜਾਓ, ਇੱਕ ਵਾਰੀ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੂੰ ਸਬਕ ਸਿਖਾ ਦਿਓ, ਚੱਪੜਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਕਿਤੇ ਬਚ ਕੇ ਨਾ ਨਿਕਲ ਜਾਵੇ, ਘੇਰਾ ਪਾ ਕੇ ਪਕੜ ਲਿਆ ਜਾਏ। ਕਿਵੇਂ ਆਪਣੀਆਂ ਫੌਜਾਂ ਨੂੰ ਵਜ਼ੀਰ ਖਾਂ ਇੱਕ ਜ਼ੋਰਦਾਰ ਤਕਰੀਰ ਕਰ ਰਿਹਾ ਹੈ, ਪੰਥ ਦੇ ਮਹਾਨ ਢਾਡੀ ਗਿਆਨੀ ਗੱਜਣ ਸਿੰਘ ਗੜਗੱਜ ਜਿਵੇਂ ਆਪਣੇ ਕਲਮ ਨਾਲ ਲਿਖਦੇ ਨੇ, ਮੇਰੇ ਸਾਥੀ ਭਾਈ ਅਜਪਾਲ ਸਿੰਘ ਪ੍ਰਾਚਾ, ਭੁਪਿੰਦਰ ਸਿੰਘ ਤੇੜਾ, ਮਨਪ੍ਰੀਤ ਸਿੰਘ ਮੰਜਿਆਂ ਵਾਲੀ ਕੋਲੋਂ ਪਿਆਰ ਨਾਲ ਸੁਣੀਏ ਜੀ। ਬੰਦਾ ਸਿੰਘ ਸੁਣਿਆ ਪੰਜਾਬ ਆ ਗਿਆ, ਸੂਬਾ ਸਰਹੰਦ ਨੂੰ ਫਿਕਰ ਖਾ ਗਿਆ, ਸੂਬਾ ਸਰਹੰਦ ਨੂੰ ਫਿਕਰ ਖਾ ਗਿਆ, ਸੋਚਦਾ ਵਜ਼ੀਰ ਖਾਨ ਕਿਵੇਂ ਲੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ। ਸੁਣਿਆ ਪੰਜਾਬ ਆ ਗਿਆ, ਸੂਬਾ ਸਰਹੰਦ ਨੂੰ ਫਿਕਰ ਖਾ ਗਿਆ, ਸੂਬਾ ਸਰਹੰਦ ਨੂੰ ਫਿਕਰ ਖਾ ਗਿਆ, ਸੋਚਦਾ ਵਜ਼ੀਰ ਖਾਨ ਕਿਵੇਂ ਲੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ। ਚੌਧਰੀ ਇਲਾਕੇ ਦੇ ਬਲਾਲੇ ਕੋਲ ਨੇ, ਉਹਨਾਂ ਤਾਹੀ ਸਾਰੇ ਸਮਝਾਤੇ ਬੋਲਣੇ, ਉਹਨਾਂ ਤਾਹੀ ਸਾਰੇ ਸਮਝਾਤੇ ਬੋਲਣੇ, ਸੋਚਦਾ ਜਵੀਜ ਹੁਣ ਚਾਵੇ ਛਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ। ਬੰਦੇ ਕੁੱਟ ਕੁੱਟ ਕੇ ਮਾਰੇ ਸਰਕਾਰੀ ਬੰਦੇ ਕੁੱਟ ਕੁੱਟ ਕੇ, ਲੰਬਿਆ ਕਿਸੇ ਦਾ ਸਾਨੂੰ ਸਿਰ ਤਾੜਨਾ, ਸਿਰ ਤਾੜਨਾ, ਸਿਰ ਤਾੜਨਾ, ਲੰਬਿਆ ਕਿਸੇ ਦਾ ਸਾਨੂੰ ਸਿਰ ਤਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ। ਕਹਿੰਦੇ ਨੂੰ ਭੇਜਿਆ ਹੈ ਬਾਜਾਂ ਵਾਲੇ ਨੇ, ਨਾਲ ਕਈ ਉਹਦੇ ਸਿੰਘ ਰੱਖਵਾਲਣੇ, ਨਾਲ ਕਈ ਉਹਦੇ ਸਿੰਘ ਰੱਖਵਾਲਣੇ, ਓਏ ਸਪਨਾ ਨੂੰ ਘੇਰ ਕੇ ਜੰਜੀਰੀ ਜਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ। ਭੇਜਦਾ ਸੁਨੇਹ ਸਾਰੇ ਸੂਬੇਦਾਰਾਂ ਨੂੰ, ਫੇਰ ਦਿੱਤਾ ਝੱਟ ਹੈ ਚਫੇਰੇ ਤਾਰਾਂ ਨੂੰ, ਫੇਰ ਦਿੱਤਾ ਝੱਟ ਹੈ ਚਫੇਰੇ ਤਾਰਾਂ ਨੂੰ, ਬੈਠਾ ਮਾਰੇ ਤਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ। ਨਿਖਾਨਾ ਬਾਤੀਆਂ ਵਿਚਾਰਾਂ ਦਾ ਮੇਰਾ ਹੈ, ਨਿਖਾਨੋ ਬਹੁਤੀਆਂ ਵਿਚਾਰਾਂ ਦਾ, ਪੈ ਗਿਆ ਇਲਾਕੇ ਯੋਰ ਸਰਦਾਰਾਂ ਦਾ, ਪੈ ਗਿਆ ਇਲਾਕੇ ਯੋਰ ਸਰਦਾਰਾਂ ਦਾ। ਫੌਜੋ ਹੋ ਜੋ ਕੱਠੀਆਂ ਸਿੰਘਾਂ ਨੂੰ ਫਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ। ਤੇ ਬੰਦੂਕਾਂ ਤੀਰ ਤੇ ਕਮਾਣ ਲੋ, ਗੋਲੀ ਸਿੱਕਾ ਸਾਰਾ ਜੰਗ ਦਾ ਸਮਾਨ ਲੋ, ਗੋਲੀ ਸਿੱਕਾ ਸਾਰਾ ਜੰਗ ਦਾ ਸਮਾਨ ਲੋ। ਫੌਜੀ ਜਰਨੈਲ ਆਸੇ ਪਾਸੇ ਖਾੜਨਾ, ਬੰਦਾ ਸਿੰਘ ਘੇਰ ਕੇ ਮੈਦਾਨੇ ਫਾੜਨਾ, ਬੰਦਾ
ਸਦਾ ਨੇ ਫੜਨਾ ਕਰਕੇ ਹੁਕਮ ਤੇ ਮਕਾਉਂਦਾ ਗਾਲਣੋ ਤਰੋਸਰ ਹੰਦੋ ਸਿੱਧੇ ਸਿੰਘਾਂ ਵਾਲਣੋ ਤਰੋਸਰ ਹੰਦੋ ਸਿੱਧੇ ਸਿੰਘਾਂ ਵਾਲਣੋ ਉਹ ਲਿਖੇ ਗੜ ਗਾਜਣਾ ਵਾ ਛੰਦ ਘੜਨਾ ਬੰਦਾ ਸਿੰਘ ਕੇਰ ਕੇ ਮੈਦਾਨੇ ਫੜਨਾ ਬੰਦਾ ਸਿੰਘ ਕੇਰ ਕੇ ਮੈਦਾਨੇ ਫੜਨਾ ਸੂਬਾ ਸਰਹੰਦ ਵਜ਼ੀਰ ਖਾਨ ਦੇ ਹੁਕਮ ਨਾਲ ਚੱਪੜਚਿੜੀ ਦੇ ਮੈਦਾਨ ਵਿਚ ਤੋਪਾਂ ਬੇੜ ਦਿੱਤੀਆਂ ਗਈਆਂ। ਤਿੰਨਾਂ ਭਾਗਾਂ ਵਿਚ ਵਜ਼ੀਰ ਖਾਨ ਨੇ ਆਪਣੀ ਫੌਜ ਵੰਡ ਕੇ ਗੁਰੂ ਕੇ ਖਾਲਸੇ ਉਪਰ ਧਾਵਾ ਬੋਲਣ ਦਾ ਯਤਨ ਕੀਤਾ। ਖੱਬੇ ਪਾਸੇ ਵਜ਼ੀਰ ਖਾਨ ਦੇ ਮਲੇਰੀਏ ਪਠਾਨ, ਸੱਜੇ ਪਾਸੇ ਵਜ਼ੀਰ ਖਾਨ ਦੇ ਗਾਜੀ ਸੂਰਮੇ। ਵਿਚਾਲੇ ਆਪ ਹਾਥੀ ਉਪਰ ਬੈਠਾ ਹੋਇਆ ਲੋਹੇ ਦੇ ਕੋਟ ਵਿਚ ਮੜਿਆ ਹੋਇਆ ਆਪਣੀ ਫੌਜ ਦੀ ਅਗਵਾਈ ਕਰ ਰਿਹਾ ਸੀ। ਇਧਰ ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵੀ ਬਿਲਕੁਲ ਤਿਆਰ ਬਰ ਤਿਆਰ ਸਨ। 40,000 ਸਿੰਘ ਬਹੁਤ ਵੱਡਾ ਦਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਵਾਲੇ ਪਾਸੇ ਨੂੰ ਮਾਰਚ ਕਰ ਦਿੰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਆਪਣੀਆਂ ਫੌਜਾਂ ਨੂੰ ਤਿੰਨਾਂ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਇੱਕ ਪਾਸੇ ਬਾਬਾ ਫਤਿਹ ਸਿੰਘ ਜੀ ਮਲਵਈ ਸਿੰਘਾਂ ਦੀ ਅਗਵਾਈ ਕਰ ਰਿਹਾ ਸੀ, ਦੂਸਰੇ ਪਾਸੇ ਬਾਬਾ ਬਾਜ ਸਿੰਘ ਜੀ ਮਜੈਲ ਦੁਆਬੀਏ ਸਿੰਘਾਂ ਦੀ ਅਗਵਾਈ ਕਰ ਰਿਹਾ ਸੀ। ਜੇਠ ਦਾ ਮਹੀਨਾ ਅੱਤ ਦੀ ਗਰਮੀ ਪੈ ਰਹੀ ਸੀ, ਪਰ ਇਧਰ 22 ਹੜ 1710 ਈਸਵੀ ਨੂੰ ਚੱਪੜਚਿੜੀ ਦੇ ਮੈਦਾਨ ਵਿਚ ਦੋਹਾਂ ਧਿਰਾਂ ਵੱਲੋਂ ਆਹਮੋ ਸਾਹਮਣੇ ਹੋ ਕੇ ਆਪਣੀਆਂ ਬਾਹਾਂ ਦੇ ਬਲ ਪਰਖੇ ਜਾ ਰਹੇ ਸਨ। ਲਲਕਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਬਹਾਦਰੋ ਜੇ ਕਲਗੀਧਰ ਪਿਤਾ ਦੀਆਂ ਖੁਸ਼ੀਆਂ ਲੈਣੀਆਂ, ਜੇ ਸਾਹਿਬਜ਼ਾਦਿਆਂ ਦੀ ਕਿਰਪਾ ਦੇ ਪਾਤਰ ਬਣਨਾ, ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਇੱਕ ਵਾਰੀ ਵੈਰੀ ਨੂੰ ਲੋਹੇ ਦੇ ਚਨੇ ਚਬਾ ਦਿਓ। ਸੀਤਲ ਸਾਹਿਬ ਲਿਖਦੇ ਨੇ, ਬੰਦਾ ਸਿੰਘ ਬੋਲ ਕੇ ਸੁਣਾਵੇ ਫੌਜ ਆਪਣੀ ਨੂੰ, ਸੂਰਿਓ ਵਹੀਰ ਸਰਹਿੰਦ ਵਾਲੇ ਪਾ ਦਿਓ, ਮਾਰ ਲੋ ਸਰਹਿੰਦ, ਕਰ ਸਾੜ ਦਿਓ ਜ਼ਾਲਮਾਂ ਦੇ, ਕੀਤੀਆਂ ਵਧੀਕੀਆਂ ਦਾ ਫਲ ਭੁਗਤਾ ਦਿਓ। ਜਿਸ ਤਰ੍ਹਾਂ ਬੇਦੋਸ਼ੇ ਸਹਿਜਾਦੇ ਕਤਲਾਏ, ਉਹਨਾਂ ਬਾਲ ਬੱਚੇ ਉਹਨਾਂ ਦੇ ਜਿਉਂਦੇ ਹੀ ਜਲਾ ਦਿਓ। ਸੀਤਲ ਜੀ ਮਾਰ ਲੋ ਧਰਮ ਦੇ ਵੈਰੀਆਂ ਨੂੰ, ਖਾਲਸੇ ਦਾ ਝੰਡਾ ਸਾਰੇ ਜੱਗ ਚ ਚਲਾ ਦਿਓ। ਆਈਆਂ ਨੇ ਦੋਵੇਂ ਧਿਰਾਂ ਮੈਦਾਨ ਅੰਦਰ, ਇੱਕ ਪਾਸੇ ਜੈ ਅਲੀ ਦੇ ਨਾਰੇ, ਇੱਕ ਪਾਸੇ ਬੋਲੇ ਸੋ ਨਿਹਾਲ ਦੇ ਉੱਚੀ ਉੱਚੀ ਜਕਾਰੇ ਛੱਡੇ ਜਾ ਰਹੇ ਸਨ। ਲੱਗੀ ਨਕਾਰੇ ਤੇ ਚੋਟ, ਦੋਵੇਂ ਧਿਰਾਂ ਦੇ ਜਵਾਨ ਇੱਕ ਦੂਜੇ ਉੱਤੇ ਟੁੱਟ ਕੇ ਪੈ ਗਏ। ਹੁਕਮ ਕੀਤਾ ਵਜ਼ੀਰ ਖਾਨ ਨੇ ਤੋਪਖਾਨੇ ਨੂੰ ਤੋਪਾਂ ਚਲਾਈਆਂ ਜਾਣ। ਕੁਝ ਇਤਿਹਾਸਕਾਰ ਦੱਸਦੇ ਨੇ ਕਿ ਉਦੋਂ ਅੱਜ ਵਰਗੀਆਂ ਖਤਰਨਾਕ ਤੋਪਾਂ ਨਹੀਂ ਸਨ, ਫੇਰ ਵੀ ਦੁਸ਼ਮਣ ਨੂੰ ਡਰਾਉਣ ਅਤੇ ਧਮਕਾਉਣ ਵਾਸਤੇ ਖੜਾਕਾ ਕਰਨਾ ਬਹੁਤ ਜ਼ਰੂਰੀ ਸੀ। ਇਤਿਹਾਸ ਦੇ ਪੰਨੇ ਦੱਸਦੇ ਨੇ, ਜੇ ਸਭ ਤੋਂ ਪਹਿਲੀ ਖਤਰਨਾਕ ਤੋਪ ਬਣੀ ਉਹ ਅਹਿਮਦ ਸ਼ਾਹ ਅਬਦਾਲੀ ਨੇ 1761 ਈਸਵੀ ਨੂੰ ਬਣਵਾਈ, ਜਿਹੜੀ ਤੋਪ ਦਾ ਨਾਂ ਰੱਖਿਆ ਗਿਆ ਅੱਗ ਸੁੱਟਣ ਵਾਲਾ ਸੱਪ। ਹਰੀ ਸਿੰਘ ਭੰਗੀ ਨੇ ਪਹਿਲੇ ਹਮਲੇ ਵਿਚ ਇਹ ਤੋਪ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਕੋਲੋਂ ਖੋਹ ਲਈ, ਜਿਹਨੂੰ ਭੰਗੀਆਂ ਵਾਲੀ ਤੋਪ ਕਹਿੰਦੇ ਹਨ, ਜਿਹਦੇ ਨਾਲ ਸਿੱਖਾਂ ਨੇ 5 ਮੈਦਾਨ ਫਤਿਹ ਕੀਤੇ। ਪਰ ਜਿਹੜੀਆਂ ਤੋਪਾਂ ਵਜ਼ੀਰ ਖਾਨ ਦੇ ਕੋਲ ਸੀ, ਇਹਦੇ ਵਿਚ ਗੋਲਾ ਪਾਉਣ ਲੱਗਿਆ ਔਰ ਇਹਨੂੰ ਚਲਾਉਣ ਲੱਗਿਆ ਕੁਝ ਸਮਾਂ ਲੱਗ ਜਾਂਦਾ ਸੀ ਤੇ ਦੁਸ਼ਮਣ ਨੇੜੇ ਪਹੁੰਚ ਜਾਂਦਾ ਸੀ। ਅਜੇ ਤੋਪਾਂ ਦਾ ਖੜਾਕ ਸ਼ੁਰੂ ਹੋਇਆ ਜਾਂ ਗੁਰੂ ਕਾ ਖਾਲਸਾ, ਬਾਬਾ ਬਾਜ ਸਿੰਘ ਦੁਆਬੀ ਅਤੇ ਮਜੈਲ ਸਿੰਘਾਂ ਸਮੇਤ ਇਹਨੇ ਯੁਰਤ ਨਾਲ ਲੜਿਆ। ਇੱਕ ਵਾਰੀ ਮਲੇਰੀਏ ਪਠਾਣਾ ਦੇ ਪੈਰ ਹਿਲਾ ਕੇ ਰੱਖ ਦਿੱਤੇ। ਬੋਲੇ ਸੋ ਨਿਹਾਲ ਦੇ ਜਕਾਰੇ ਛੱਡ ਕੇ ਬਾਬਾ ਬਾਜ ਸਿੰਘ ਨੇ ਆਖਿਆ, ਬਾਬਾ ਬੰਦਾ ਸਿੰਘ ਜੀ ਹੁਣ ਲਟੇਰੇ ਦੌੜ ਗਏ ਨੇ, ਵੈਰੀ ਦੇ ਪੈਰ ਹਿੱਲ ਚੁੱਕੇ ਨੇ, ਹੁਣ ਅੱਗੇ ਵਧਣਾ ਚਾਹੀਦਾ ਹੈ। ਫੇਰ ਬਾਬਾ ਬੰਦਾ ਸਿੰਘ ਬਹਾਦਰ ਜਿਵੇਂ ਮੈਦਾਨ ਵਿਚ ਗੱਜਿਆ, ਵਾਰ ਦੇ ਰੂਪ ਵਿਚ ਮੇਰੇ ਸਾਥੀਆਂ ਦੇ ਕੋਲੋਂ ਆਓ ਪਿਆਰ ਨਾਲ ਸਰਵਣ ਕਰੀਏ ਜੀ। ਬੰਦਾ ਸਿੰਘ ਵਿੱਚ ਗੱਜੀਆਂ ਮੈਦਾਨ ਦੇ, ਅੱਜ ਵੈਰੀਆਂ ਨੂੰ ਸਬਕ ਸਿਖਾਣੇ, ਬਾਜ ਸਿੰਘ ਤੇ ਫਤਿਹ ਸਿੰਘ ਨਾਲ ਸੀ ਸਿਰ ਲੱਥ ਜੋ ਦੇ ਬਲਵਾਨ, ਬਾਜ ਸਿੰਘ ਤੇ ਫਤਿਹ ਸਿੰਘ ਨਾਲ ਸੀ ਸਿਰ ਲੱਥ ਜੋ ਦੇ ਬਲਵਾਨ, ਆਣ ਪਹੁੰਚ ਗਏ ਸੀ ਕੋਲ ਸਰਹੰਦ ਦੇ
ਮਲ ਚੱਪੜ ਚਿੜੀ ਦੇ ਮਦਾਨਾ ਪਹੁੰਚ ਗਏ ਸੀ ਕੋਲ ਸਰਹੰਦ ਦੇ ਮਲ ਚੱਪੜ ਚਿੜੀ ਦੇ ਮਦਾਨੇ ਅੱਗੇ ਖੜਾ ਸੀ ਉਡੀਕ ਵਿੱਚ ਸਿੰਘਾਂ ਦੀ ਮਲ ਮੋਰਚੇ ਵਜੀ ਦਾ ਖਾਣਾ ਅੱਗੇ ਖੜਾ ਸੀ ਉਡੀਕ ਵਿੱਚ ਸਿੰਘਾਂ ਦੀ ਮਲ ਮੋਰਚੇ ਵਜੀ ਦਾ ਖਾਣਾ ਹਾਥੀ ਘੋੜੇ ਪੈਦਲ ਨਾਲ ਸੀ ਗੋਲੀ ਸਿੱਕਾ ਪਿਆ ਜੰਗ ਦਾ ਸਮਾਨ ਘੋੜੇ ਪੈਦਲ ਨਾਲ ਸੀ ਗੋਲੀ ਸਿੱਕਾ ਪਿਆ ਜੰਗ ਦਾ ਸਮਾਨ ਇੱਕ ਦੂਜੇ ਨੂੰ ਅੰਗਾਰ ਦਲੀ ਜੁੱਟ ਪਏ ਜ਼ੋਰਦਾਰ ਮੱਚਿਆ ਕਮਸਾਨ ਇੱਕ ਦੂਜੇ ਨੂੰ ਅੰਗਾਰ ਦਲ ਜੁੱਟ ਪਏ ਜ਼ੋਰਦਾਰ ਮੱਚਿਆ ਕਮਸਾਨ ਟਲਾਂ ਉੱਤੇ ਫੱਟ ਪੈਣ ਤਲਵਾਰਾਂ ਦੇ ਤੀਰ ਖਿੱਚ ਸੂਰਮੇ ਚਲਾਣਾ ਬੰਦਾ ਸਿੰਘ ਸ਼ੇਰ ਦੀ ਪਾਪੀ ਦੁਸ਼ਟ ਵਜੀ ਦਾ ਖਾਣਾ ਨਜ਼ਰ ਪੈ ਗਿਆ ਬੰਦਾ ਸਿੰਘ ਸ਼ੇਰ ਦੀ ਨਜ਼ਰ ਪੈ ਗਿਆ ਬੰਦਾ ਸਿੰਘ ਸ਼ੇਰ ਦੀ ਪਾਪੀ ਦੁਸ਼ਟ ਵਜੀ ਦਾ ਖਾਣ ਅੱਜ ਬੱਜ ਕੇ ਨਾ ਜਾਏ ਮੈਦਾਨ ਚੋਂ ਵੈਰੀ ਸਿੱਖੀ ਦਾ ਏ ਚੰਦਰਾ ਸ਼ਤਾਨਾ ਬੱਜ ਕੇ ਨਾ ਜਾਵੇ ਮੈਦਾਨ ਚੋਂ ਵੈਰੀ ਸਿੱਖੀ ਦਾ ਏ ਚੰਦਰਾ ਸ਼ਤਾਨ ਕੈਰ ਕੀਤਾ ਸੀ ਗੁਰੂ ਪਰਿਵਾਰ ਤੇ ਕੀਤੇ ਕਤਲ ਮਸੂਮਨ ਦਾਣਾ ਕੈਰ ਕੀਤਾ ਇਸ ਗੁਰੂ ਪਰਿਵਾਰ ਤੇ ਕੀਤੇ ਕਤਲ ਮਸੂਮਨ ਦਾਣ ਸੁਣ ਖਾਲਸੇ ਦੇ ਖੂਨ ਅੱਖੀ ਆ ਗਿਆ ਹੱਲਾ ਕੀਤਾ ਸਿੰਘਾਂ ਪੂਰਾ ਲਾ ਕੇ ਤਾਣਾ ਖਾਲਸੇ ਦੇ ਖੂਨ ਅੱਖੀ ਆ ਗਿਆ ਹੱਲਾ ਕੀਤਾ ਸਿੰਘਾਂ ਪੂਰਾ ਲਾ ਕੇ ਤਾਣ ਤੀਰ ਵੱਜਿਆ ਵਜੀਦ ਖਾਂ ਦੀ ਛਾਤੀ ਚ ਡਿੱਗਾ ਧਰਤੀ ਤੇ ਹਾਥੀ ਤੋਂ ਆਣਾ ਉਹ ਤੀਰ ਵੱਜਿਆ ਵਜੀਦ ਖਾਂ ਦੀ ਛਾਤੀ ਚ ਮੁਸ਼ਕਾ ਸਿੰਘਾਂ ਨੇ ਫੜ ਲਿਆ ਲਿਖ ਢੱਡੇ ਘਰ ਗੱਜਵਾਰਾ ਗਾਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਿਤਾ ਨੇ 5 ਤੀਰ ਦਿੱਤੇ ਸਨ ਜਿੱਥੇ ਵੀ ਕੋਈ ਮੈਦਾਨ ਵਿੱਚ ਹਾਰ ਹੁੰਦੀ ਨਜ਼ਰ ਆਵੇ ਸਾਡਾ ਬਖਸ਼ਿਆ ਹੋਇਆ ਤੀਰ ਚਲਾ ਦੇਵੀ ਤੇਰੀ ਜਿੱਤ ਹੋਵੇਗੀ ਵੱਧ ਵੱਧ ਕੇ ਤੇਗਾ ਮਾਰ ਰਹੇ ਸਨ ਸੂਰਮੇ ਹੁਣ ਵੈਰੀ ਦੇ ਪੈਰ ਹਲਾ ਕੇ ਰੱਖ ਦਿੱਤੇ ਸਿੰਘਾਂ ਨੇ ਹਾਥੀਆਂ ਦੇ ਉੱਤੋਂ ਵੱਡੇ ਵੱਡੇ ਜਰਨੈਲ ਢਾਲੇ ਨੇ ਉਧਰੋਂ ਦੂਸਰੇ ਪਾਸਿਓਂ ਬਾਬਾ ਫਤਿਹ ਸਿੰਘ ਮਲਵਈ ਸਰਦਾਰਾਂ ਸਮੇਤ ਗਾਜ਼ੀਆਂ ਉੱਪਰ ਛਾ ਗਿਆ ਗਾਜ਼ੀ ਮੈਦਾਨ ਛੱਡ ਕੇ ਦੌੜਨਾ ਸ਼ੁਰੂ ਹੋ ਗਏ ਦੋਹਾਂ ਬਾਹੀਆਂ ਦੇ ਮੋਰਚੇ ਟੁੱਟ ਗਏ ਇੱਕੋ ਇੱਕ ਮੋਰਚਾ ਬਾਕੀ ਸੀ ਜਿਸ ਮੋਰਚੇ ਦੀ ਅਗਵਾਈ ਵਜ਼ੀਰ ਖਾਂ ਕਰ ਰਿਹਾ ਸੀ ਚੱਪੜ ਚਿੜੀ ਦੇ ਮੈਦਾਨ ਵਿੱਚ ਸਿੰਘਾਂ ਦੇ ਹੱਥੋਂ ਸ਼ੇਰ ਖਾਂ ਮਲੇਰਕੋਟਲੇ ਵਾਲਾ ਮਾਰਿਆ ਗਿਆ
ਔਰ ਬਹੁਤ ਸਾਰੀਆਂ ਫੌਜਾਂ ਮੈਦਾਨ ਛੱਡ ਕੇ ਦੌੜਨਾ ਸ਼ੁਰੂ ਹੋ ਗਈਆਂ। ਇਤਿਹਾਸ ਦੇ ਪੰਨੇ ਦੱਸਦੇ ਨੇ ਹੋਰ ਵੀ ਵੱਡੇ ਜਰਨੈਲ ਮਾਰੇ ਗਏ। ਵਜ਼ੀਰ ਖਾਂ ਨੇ ਵੇਖਿਆ ਸਿੰਘ ਵਧਦੇ ਆ ਰਹੇ ਹਨ, ਡਰਦਾ ਮਾਰਿਆ ਹੋਇਆ ਹਾਥੀ ਪਿੱਛੇ ਨੂੰ ਭਜਾ ਲੈਂਦਾ। ਇਧਰ ਇਤਿਹਾਸ ਆਸਤਾ ਜਦੋਂ ਪਿੱਛੇ ਨੂੰ ਹਾਥੀ ਲੈ ਕੇ ਦੌੜਿਆ ਜਾ ਰਿਹਾ ਸੀ, ਇਹਦੀਆਂ ਮੋਹਰਾਂ ਵਿਚ ਕਿਸੇ ਸੂਰਮੇ ਨੇ ਤੀਰ ਮਾਰਿਆ, ਉਧਰੋਂ ਹਾਥੀ ਦਾ ਪੈਰ ਵੀ ਕਬਰ ਵਿਚ ਫਸ ਗਿਆ, ਹਾਥੀ ਡਿੱਗ ਪਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਲਲਕਾਰ ਕੇ ਆਖਿਆ, ਫੜ ਲੋ ਪੰਥ ਤੇ ਵੈਰੀ ਨੂੰ, ਕਿਤੇ ਜਿਉਂਦਾ ਬਚ ਕੇ ਨਾ ਨਿਕਲ ਜਾਵੇ। ਬਸ ਫੇਰ ਕੀ ਸੀ, ਬਾਬਾ ਬਾਜ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਸਾਥੀਆਂ ਸਮੇਤ ਇਹਨੂੰ ਪਕੜ ਲਿਆ, ਇਹਦੀਆਂ ਮੁਸ਼ਕਾਂ ਬੰਨ ਲਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਉਹ ਵਜ਼ੀਰ ਖਾਂ, ਜਿਹੜੇ ਜ਼ੁਲਮ ਤੂੰ ਬੇਦੋਸ਼ੇ ਗੁਰੂ ਕੇ ਸਾਹਿਬਜ਼ਾਦਿਆਂ ਤੇ ਕਰਦਾ ਰਿਹਾ, ਅੱਜ ਤੈਨੂੰ ਤੇਰੇ ਕੀਤੇ ਹੋਏ ਪਾਪਾਂ ਦੀ ਸਜ਼ਾ ਦਿੱਤੀ ਜਾਵੇਗੀ। ਵਜ਼ੀਰ ਖਾਂ ਤਰਲੇ ਲੈ ਰਿਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਕਿਸੇ ਨੂੰ ਮਾਰਨਾ ਤੇ ਬੜਾ ਸੌਖਾ ਹੈ, ਪਰ ਅੱਜ ਤੈਨੂੰ ਦੱਸਿਆ ਜਾਵੇਗਾ ਜ਼ਾਲਮ ਮੌਤ ਕੀ ਚੀਜ਼ ਹੈ। ਹੁਕਮ ਕੀਤਾ ਗਿਆ ਬਾਬਾ ਜੀ ਵੱਲੋਂ। ਸੀਤਲ ਸਾਹਿਬ ਲਿਖਦੇ ਨੇ, ਬੰਦਾ ਸਿੰਘ ਕਹਿੰਦਾ, ਫੌਜ ਆਪਣੀ ਨੂੰ ਅੱਜ ਲਵੋ ਹਸਾਬ ਮਕਾ ਸਿੰਘੂ, ਸਾਹਿਬਜ਼ਾਦਿਆਂ ਦਾ ਕਾਤਲ ਹੱਥ ਆਇਆ, ਮਨ ਭਾਉਂਦੀ ਦਿਓ ਸਜ਼ਾ ਸਿੰਘੂ, ਲੱਤੀ ਘਾਤ ਰਸਾ ਬਲਦਾ ਮਗਰ ਪਾ ਕੇ ਦਿਓ ਸ਼ਹਿਰ ਦੇ ਵੱਲ ਭਜਾ ਸਿੰਘੂ, ਇਹਦੇ ਸਾਹਮਣੇ ਇਸ ਦੇ ਬਾਲ ਬੱਚੇ ਜਿਉਂਦੇ ਅੱਗ ਵਿਚ ਦਿਓ ਜਲਾ ਸਿੰਘੂ, ਲੁੱਟ ਪੁੱਟ ਸਰਹੰਦ ਬਰਬਾਦ ਕਰਨੀ ਦਿਓ ਇੱਟ ਨਾਲ ਇੱਟ ਖੜਕਾ ਸਿੰਘੂ, ਰਾਜਨੀਤ ਨਾ ਕਰੇ ਲਿਹਾਜ ਸੀਤਲ, ਭਾਜੀ ਦਿਓ ਸ਼ਰੀਕ ਦੀ ਲਾ ਸਿੰਘੂ। ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਨੂੰ ਪਕੜ ਕੇ ਆਪਣੀਆਂ ਫੌਜਾਂ ਨੂੰ ਹੁਕਮ ਕੀਤਾ ਕਿ ਇੱਕ ਬੌਲਦਾਂ ਦੀ ਜੋਗ ਮੰਗਾਈ ਜਾਵੇ। ਉਹਨਾਂ ਬੌਲਦਾਂ ਦੀ ਜੋਗ ਪਿੱਛੇ ਵਜ਼ੀਰ ਖਾਂ ਦੀਆਂ ਲੱਤਾਂ ਨੂੰ ਰੱਸਾ ਪਾ ਕੇ ਬੰਨ੍ਹ ਦਿੱਤਾ ਜਾਏ ਔਰ ਸਰਹੰਦ ਸ਼ਹਿਰ ਵੱਲ ਨੂੰ ਭਜਾ ਦਿੱਤਾ ਜਾਏ। ਐਸੇ ਤਸੀਹੇ ਦੇਣ ਤੋਂ ਬਾਅਦ ਵਜ਼ੀਰ ਖਾਂ ਨੂੰ ਇੱਕ ਦਰਖਤ ਨਾਲ ਪੁੱਠਾ ਲਟਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮ ਨਾਲ ਜਿਉਂਦੇ ਨੂੰ ਸਾੜ ਦਿੱਤਾ ਗਿਆ। ਇਧਰ ਲੁਟੇਰੇ ਵੀ ਆ ਗਏ। ਹੁਕਮ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਸ਼ਹਿਰ ਨੂੰ ਉਜਾੜ ਦਿੱਤਾ ਜਾਏ, ਸਰਹੰਦ ਉੱਪਰ ਕਬਜ਼ਾ ਕਰ ਲਿਆ ਜਾਏ। ਜਿਸ ਨੀਹਾਂ ਵਿੱਚ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਚੁਣਿਆ ਸੀ, ਉਹਨਾਂ ਦੁਆਰਾਂ ਉੱਪਰ ਕੇਸਰੀ ਨਿਸ਼ਾਨ ਚੁਲਾ ਕੇ ਬਾਬਾ ਫਤਿਹ ਸਿੰਘ ਦੇ ਨਾਂ ਉੱਤੇ ਫਤਿਹਗੜ੍ਹ ਸਾਹਿਬ ਦੀ ਨੀਂਹ ਰੱਖ ਦਿੱਤੀ ਜਾਏ। ਉਧਰ ਵਜ਼ੀਰ ਖਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਲਦਾਂ ਦੇ ਮਗਰ ਪਾ ਕੇ ਰੁੱਖ ਨਾਲ ਬੰਨ ਕੇ ਸਾੜ ਦਿੱਤਾ ਹੈ। ਇਹਦਾ ਪੁੱਤਰ ਆਪਣਾ ਸਾਰਾ ਪਰਿਵਾਰ ਲੈ ਕੇ ਦਿੱਲੀ ਵੱਲ ਨੂੰ ਦੌੜ ਗਿਆ। ਉਸ ਤੋਂ ਬਾਅਦ ਵਾਰੀ ਆਈ ਦੀਵਾਨ ਸੁੱਚਾਨੰਦ ਦੀ, ਜਿਨ੍ਹੇ ਸਾਹਿਬਜ਼ਾਦਿਆਂ ਨੂੰ ਸੱਪ ਦੇ ਬੱਚੇ ਕਿਹਾ ਸੀ। ਵਜ਼ੀਰ ਖਾਂ ਦੀ ਕਚਹਿਰੀ ਵਿਚ ਬੈਠੇ ਹੋਏ ਸੁੱਚਾਨੰਦ ਨੇ ਆਖਿਆ ਸੀ, ਵਜ਼ੀਰ ਖਾਂ, ਇਹ ਸੱਪ ਦੇ ਬੱਚੇ ਹਨ, ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ, ਮਾਰ ਦੇਣਾ ਚਾਹੀਦਾ ਹੈ। ਇਸ ਲਈ ਜਦੋਂ ਆਪਣਾ ਪਰਿਵਾਰ ਲੈ ਕੇ ਦੌੜ ਲੱਗਾ, ਕਾਬੂ ਆ ਗਿਆ ਸਿੰਘਾਂ ਦੇ, ਫੜ ਕੇ ਪਰਿਵਾਰ ਸਮੇਤ ਸੁੱਚਾਨੰਦ ਨੂੰ ਇਹਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਵੀ ਲਿਖਦਾ ਹੈ, ਸਣੇ ਬਾਲ ਬੱਚਿਆਂ ਦੇ ਪਾਪੀ ਸੁੱਚਾਨੰਦ ਤਾਈ ਗੁਰੂ ਦੇ ਦਲਾਰਿਆਂ ਨੇ ਬੰਨ ਲਿਆ ਜਾਏ ਕੇ ਕੌਡੀ ਕੌਡੀ ਪਿੱਛੇ ਸਾਰੇ ਸ਼ਹਿਰ ਵਿਚ ਫੇਰੇ ਉਹਨੇ, ਕਾਲਾ ਕਰ ਮੂੰਹ ਰੱਸਾ ਗਲ ਵਿਚ ਪਾਏ ਕੇ ਇੱਕ ਇੱਕ ਕਰ ਪਰਿਵਾਰ ਉਹਦਾ ਮਾਰਿਓ ਨੇ, ਕੱਢੀਓ ਨੇ ਜਾਨ ਤਰਸਾਏ ਤਰਸਾਏ ਕੇ, ਕੀਤਿਆਂ ਗੁਨਾਹਾਂ ਦਾ ਫਲ ਖਾਣਾ ਪਿਆ ਸੀਤਲ ਜੀ, ਜ਼ੁਲਮ ਕਮਾਉਣ ਵਾਲੇ ਮੋਏ ਦੁੱਖ ਪਾਏ ਕੇ। ਆਖਿਰ 1710 ਈਸਵੀ ਨੂੰ ਮਈ ਮਹੀਨੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਵੇਂ ਜ਼ਾਲਮ ਜੁਰਮਾਨਿਆਂ ਨੂੰ ਉਹਨਾਂ ਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਦੇ ਕੇ ਸਰਹੰਦ ਉੱਪਰ ਕੇਸਰੀ ਨਿਸ਼ਾਨ ਚਲਾ ਕੇ ਪਹਿਲਾ ਖਾਲਸਾ ਰਾਜ ਕਾਇਮ ਕੀਤਾ, ਮੇਰੇ ਸਾਥੀਆਂ ਦੇ ਕੋਲੋਂ ਪਿਆਰ ਵਿਚ ਆ ਕੇ ਸ਼ਰਨ ਕਰੀਏ ਜੀ। ਪਾ ਕੇ ਆ ਗਿਆ ਬੰਦਾ ਸਿੰਘ ਦੀ ਸ਼ੇਰ ਸੂਰਮੇ ਚੜਦੇ, ਇੱਟ ਨਾਲੀ ਟਿਕਟ ਕਾਵਣ ਖਾਤਰ ਵਿਚ ਸ਼ਹਿਰ ਦੇ ਵੜਦੇ, ਗਿਣ ਗਿਣ ਲੈ ਲੈ ਬਦਲੇ ਸਾਰੇ ਫਤਿਹ ਸੂਰਮੇ ਪਾਉਂਦੇ, ਸਰਹੰਦ ਸ਼ਹਿਰ ਤੇ ਸਿੰਘ ਸੂਰਮੇ ਝੰਡਾ ਫਿਰ ਲਹਿਰਾਉਂਦੇ। ਪਾ ਕੇ ਆ ਗਿਆ ਬੰਦਾ ਸਿੰਘ ਦੀ ਸ਼ੇਰ ਸੂਰਮੇ ਚੜਦੇ, ਇੱਟ ਨਾਲੀ ਟਿਕਟ ਕਾਵਣ ਖਾਤਰ ਵਿਚ
ਸ਼ਹਿਰ ਦੇ ਵੜਦੇ ਗਿਣ ਗਿਣ ਲੈਣੇ ਬਦਲੇ ਸਾਰੇ ਫਤਿਹ ਸੂਰਮੇ ਪਾਉਂਦੇ ਸਰਹੰਦ ਸ਼ਹਿਰ ਤੇ ਸਿੰਘ ਸੂਰਮੇ ਝੰਡਾ ਫਿਰ ਲਹਿਰਾਉਂਦੇ ਇਹਨਾਂ ਦੇ ਡੋਮਾਰ ਮੰਜ਼ਲਾਂ ਸ਼ਹਿਰ ਸਮਾਣਾ ਟਾਇਆ ਜਲਾਲ ਦੀਨ ਤੇ ਸ਼ਾਸ਼ਲ ਵਾਸ਼ਲ ਮਿੰਟਾਂ ਵਿੱਚ ਮੁਕਾਇਆ ਕਰਕੇ ਖਤਮ ਜਾਲ ਮਾਤਾ ਈ ਅੱਗੇ ਕਦਮ ਵਧਾਉਂਦੇ ਸਰਹੰਦ ਸ਼ਹਿਰ ਤੇ ਸਿੰਘ ਸੂਰਮੇ ਝੰਡਾ ਫਿਰ ਲਹਿਰਾਉਂਦੇ ਫਿਰ ਕੜਾਮ ਤੇ ਆ ਗਏ ਚੜ ਕੇ ਸਿੰਘ ਗੁਰੂ ਦੇ ਸੂਰੇ ਮੁਸਤਫਾਬਾਦ ਕਪੂਰੀ ਢਾਈ ਕਰਤੀ ਚਗਣਾ ਚੂਰੇ ਸਲਮਾਨ ਖਾਨ ਨੂੰ ਵਿੱਚ ਸੰਡੋਰੇ ਜਾਨੋ ਮਾਰ ਮਕਾਉਂਦੇ ਸਰਹੰਦ ਸ਼ਹਿਰ ਤੇ ਸਿੰਘ ਸੂਰਮੇ ਝੰਡਾ ਫਿਰ ਲਹਿਰਾਉਂਦੇ ਸਾਰੇ ਕਾਤਲ ਫੜ ਫੜ ਮਾਰੇ ਜ਼ੁਲਮ ਸਿਜੇੜੇ ਕਰਦੇ ਸਾਰੇ ਕਾਤਲ ਫੜ ਫੜ ਮਾਰੇ ਜ਼ੁਲਮ ਸਿਜੇੜੇ ਕਰਦੇ ਆਉਂਦੇ ਸਿੰਘਣੇ ਵਾਂਗ ਤੂਫਾਨਾ ਨਹੀਂ ਕਿਸੇ ਤੋਂ ਡਰਦੇ ਛੱਤ ਬਨੋਲ ਦੇ ਕੋਲੇ ਆ ਕੇ ਮਤਾ ਫੇਰ ਪਕਾਉਂਦੇ ਸਰਹੰਦ ਸ਼ਹਿਰ ਤੇ ਸਿੰਘ ਸੂਰਮੇ ਝੰਡਾ ਫਿਰ ਲਹਿਰਾਉਂਦੇ ਕੇ ਚਿੱਠੀ ਬਾਬੇ ਬੰਦੇ ਸੂਬੇ ਵੱਲ ਕਲਾਈ ਭੱਜ ਲੈ ਖਾਨਾ ਭੱਜਿਆ ਜਾਂਦਾ ਤੇਰੀ ਮੌਤ ਹੈ ਆਈ ਆਖਰ ਸੂਬੇ ਤਾਈ ਫੜ ਕੇ ਗੱਡੀ ਮੌਤ ਚੜਾਉਂਦੇ ਸਰਹੰਦ ਸ਼ਹਿਰ ਤੇ ਸਿੰਘ ਸੂਰਮੇ ਝੰਡਾ ਫਿਰ ਲਹਿਰਾਉਂਦੇ ਮਾਰਵਾਜੀ ਦਾ ਸੂਬਾ ਪਾਪੀ ਸਿੰਘਾ ਮਤਾ ਪਕਾਇਆ ਮਾਰਵਜੀ ਦਾ ਸੂਬਾ ਪਾਪੀ ਸਿੰਘਾ ਮਤਾ ਪਕਾਇਆ ਸਰਹੰਦ ਸ਼ਹਿਰ ਤੇ ਕਰਕੇ ਕਬਜ਼ਾ ਇਸ ਦਾ ਕਰੋ ਸਫਾਇਆ ਜਸਵੀਰ ਸਿੰਘ ਜੀ ਨਾਲ ਸਾਥੀਆਂ ਵਿੱਚ ਸਵਾਰੇ ਗਾਉਂਦੇ ਸਰਹੰਦ ਸ਼ਹਿਰ ਤੇ ਸਿੰਘ ਸੂਰਮੇ ਝੰਡਾ ਫਿਰ ਲਹਿਰਾਉਂਦੇ ਸਰਹੰਦ ਸ਼ਹਿਰ ਤੇ ਸਿੰਘ ਸੂਰਮੇ ਝੰਡਾ ਫਿਰ ਲਹਿਰਾਉਂਦੇ ਸ਼ਹਿਰ ਉੱਤੇ ਕੇਸਰੀ ਨਿਸ਼ਾਨ ਸਾਹਿਬ ਚ ਲਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੋਂ ਦਾ ਸੂਬੇਦਾਰ ਬਾਬਾ ਬਾਜ ਸਿੰਘ ਨੂੰ ਸੌਂਪ ਦਿੱਤਾ ਨਾਇਬ ਸੂਬੇਦਾਰ ਬਾਬਾ ਆਲੀ ਸਿੰਘ ਨੂੰ ਥਾਪਿਆ ਗਿਆ ਬਾਬਾ ਫਤਿਹ ਸਿੰਘ ਨੂੰ ਨਵਾਬੀ ਦਾ ਖਿਤਾਬ ਦੇ ਕੇ ਸਮਾਣੇ ਵਿੱਚ ਨਿਯੁਕਤ ਕੀਤਾ ਗਿਆ ਬਾਬਾ ਰਾਮ ਸਿੰਘ ਅਤੇ ਬਾਬਾ ਬਿਨੋਦ ਸਿੰਘ ਨੂੰ ਥਾਣੇਸਰ ਦਾ ਹਾਕਮ ਬਣਾਇਆ ਗਿਆ ਇਹ ਸੀ ਉਸ ਕੌਮ ਦੇ ਮਹਾਨ ਜਰਨੈਲ ਦੀ ਸਭ ਤੋਂ ਵੱਡੀ ਜਿੱਤ ਜਿਸ ਜਰਨੈਲ ਨੇ ਜ਼ਿਮੀਂਦਾਰਾਂ ਨੂੰ ਉਹਨਾਂ ਦੇ ਬਣਦੇ ਹੱਕ ਦਵਾਏ ਉਹਨਾਂ ਦਾ ਬਹੁਤ ਵੱਡਾ ਸਾਥ ਦਿੱਤਾ ਸਿੱਖ ਕੌਮ ਉਸ ਮਹਾਨ ਜਰਨੈਲ ਦਾ ਸਦਾ ਰਿਣੀ ਰਹੇਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਿੱਖ ਕੌਮ ਦੇ ਮਹਾਨ ਢਾਡੀ ਗਿਆਨੀ ਗੱਜਣ ਸਿੰਘ ਗੜਗਾ ਜੀ ਦਾ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਉਹਨਾਂ ਦੇ ਸਤਿਕਾਰਯੋਗ ਸਪੁੱਤਰ ਸਰਦਾਰ ਬਲਬੀਰ ਸਿੰਘ ਜੀ ਪਾਸ ਜਿਨ੍ਹਾਂ ਦਾ ਮੇਰੇ ਨਾਲ ਭਰਾਵਾਂ ਵਰਗਾ ਪਿਆਰ ਹੈ ਉਹਨਾਂ ਵੱਲੋਂ ਦਾਸ ਦੇ ਜਥੇ ਨੂੰ ਇਸ ਇਤਿਹਾਸ ਵਿੱਚ ਕੁਝ ਕਵਿਤਾ ਲਿਖ ਕੇ ਰਿਕਾਰਡਿੰਗ ਕਰਨ ਵਾਸਤੇ ਹੁਕਮ ਕੀਤਾ ਸੀ ਇਸ ਕਰਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ ਸੋ ਆਓ ਗੁਰੂ ਕਿਰਪਾ ਕਰੇ ਇੱਕ ਕਵਿਤਾ ਮੈਂ ਸਿੱਖ ਸੰਗਤਾਂ ਦੇ ਹੁਕਮ ਕਰਨ ਤੇ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਵੱਲੋਂ ਹੁਕਮ ਹੋਇਆ ਸੀ ਕਿ ਸਟੇਜਾਂ ਉੱਪਰ ਤੁਸੀਂ ਇਹ ਕਵਿਤਾ ਬੜੇ ਪਿਆਰ ਨਾਲ ਗਾਉਂਦੇ ਹੋ ਔਰ ਇਸ ਕਵਿਤਾ ਨੂੰ ਰਿਕਾਰਡਿੰਗ ਕਰਕੇ ਸਿੱਖ ਸੰਗਤਾਂ ਤੱਕ ਪਹੁੰਚਾਇਆ ਜਾਵੇ ਇਸ ਕਵਿਤਾ ਦੇ ਬੋਲ ਨੇ ਤੂੰ ਕਿਹੜੇ ਰਸਤੇ ਪੈ ਗਿਆ ਦੱਸ ਕਲਗੀ ਧਰਦਿਆ ਸ਼ੇਰਾ ਇਹ ਕਵਿਤਾ ਪੰਥ ਦੇ ਮਹਾਨ ਢਾਡੀ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ ਦੀ ਕਲਮ ਤੋਂ ਲਿਖੀ ਹੋਈ ਹੈ ਅੱਜ ਜੋ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਣ ਦੀ ਬਜਾਏ ਮੜੀਆਂ ਤੇ ਕਬਰਾਂ ਤੇ ਡੇਰਿਆਂ ਤੇ ਜਾ ਕੇ ਸੀ ਝੁਕਾ ਰਹੇ ਹਾਂ ਜਿਸ ਕਲਗੀਧਰ ਪਿਤਾ ਨੇ ਸਾਡੀ ਝੋਲੀ ਵਿੱਚ ਅਮਰ ਦੀ ਦਾਤ ਪਾ ਕੇ ਸਾਨੂੰ ਬਹਾਦਰ ਬਣਾਇਆ ਔਰ ਜਿਸ ਕਲਗੀਧਰ ਪਿਤਾ ਨੇ ਆਪਣਾ ਸਾਰਾ ਸਰਬੰਸ ਸਾਡੇ ਉਤੋਂ ਕੁਰਬਾਨ ਕਰਕੇ ਸਾਨੂੰ ਆਪਣੇ ਪੁੱਤਰ ਹੋਣ ਦਾ ਮਾਣ ਬਖਸ਼ਿਆ ਅੱਜ ਉਸ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਅੱਜ ਗੁਰੂ ਕਾ ਸਿੱਖ ਕਿਹੜੇ ਰਸਤੇ ਵੱਲ ਤੁਰਿਆ ਹੈ ਭਾਈ ਜਸਬੀਰ ਸਿੰਘ ਮੋਹਲੇ ਕੇ ਦੇ ਸਾਥੀ ਭਾਈ ਅਜੇ ਪਾਲ ਸਿੰਘ ਪ੍ਰਾਚਾ ਭਾਈ ਮਨਪ੍ਰੀਤ ਸਿੰਘ ਮੰਜਿਆਂ ਵਾਲੀ
ਅਤੇ ਭੁਪਿੰਦਰ ਸਿੰਘ ਤੇੜਾ ਆਪ ਜੀ ਦੇ ਚਰਨਾਂ ਵਿਚ ਇਹ ਕਵਿਤਾ ਪਿਆਰ ਨਾਲ ਸਾਂਝੀ ਕਰ ਰਹੇ ਆ, ਸੁਣੀਏ ਪਿਆਰ ਨਾਲ। ਦਸ਼ਮੇਸ਼ ਪਿਤਾ ਦੇ ਅਸ਼ੇਰਾ, ਦਸ਼ਮੇਸ਼ ਪਿਤਾ ਦੇ ਅਸ਼ੇਰਾ, ਤੂੰ ਕਿਹੜੇ ਰਸਤੇ ਪੈ ਗਿਆ। ਦਸ਼ਮੇਸ਼ ਪਿਤਾ ਦੇ ਅਸ਼ੇਰਾ, ਦਸ਼ਮੇਸ਼ ਪਿਤਾ ਦੇ ਅਸ਼ੇਰਾ, ਤੂੰ ਕਿਹੜੇ ਰਸਤੇ ਪੈ ਗਿਆ। ਦਸ਼ਮੇਸ਼ ਪਿਤਾ ਦੇ ਅਸ਼ੇਰਾ, ਪੰਥ ਸਜਾਇਆ, ਇਸ ਹੁਕਮ ਅਕਾਲ ਦਾ ਮੰਨ ਕੇ ਫਿਰ ਖਾਲਸਾ ਪੰਥ ਸਜਾਇਆ। ਗ੍ਰੰਥ ਪਿਤਾ ਦੇ ਚਰਨੀ ਜਿਸ ਪੋਤੇ ਲਾਡਲਾ ਲਾਇਆ, ਗੁਰੂ ਗ੍ਰੰਥ ਪਿਤਾ ਦੇ ਚਰਨੀ ਜਿਸ ਪੋਤ ਲਾਡਲਾ ਲਾਇਆ। ਵੀਰਾ ਬਣੇ ਅਗਿਆਨੀ, ਤੂੰ ਵੀਰਾ ਬਣੇ ਅਗਿਆਨੀ, ਪੱਥਰਾਂ ਨੂੰ ਪੂਜਣ ਡਹਿ ਗਿਆ। ਦਸ਼ਮੇਸ਼ ਪਿਤਾ ਦੇ ਅਸ਼ੇਰਾ, ਦਸ਼ਮੇਸ਼ ਪਿਤਾ ਦੇ ਅਸ਼ੇਰਾ, ਤੂੰ ਕਿਹੜੇ ਰਸਤੇ ਪੈ ਗਿਆ। ਦਸ਼ਮੇਸ਼ ਪਿਤਾ ਦੇ ਅਸ਼ੇਰਾ, ਖੀਰਾਂ ਦੇ ਡੋਲੂ ਭਰ ਕੇ ਕਬਰਾਂ ਤੇ ਫਿਰੇ ਚੜਾਉਂਦਾ, ਖੀਰਾਂ ਦੇ ਡੋਲੂ ਭਰ ਕੇ ਪਿਆਰੇ, ਡਰ ਤੇਰੇ ਮਨ ਚੋਂ ਲੈ ਗਿਆ। ਦਸ਼ਮੇਸ਼ ਪਿਤਾ ਦੇ ਅਸ਼ੇਰਾ, ਦਸ਼ਮੇਸ਼ ਪਿਤਾ ਦੇ ਅਸ਼ੇਰਾ, ਤੂੰ ਕਿਹੜੇ ਰਸਤੇ ਪੈ ਗਿਆ। ਦਸ਼ਮੇਸ਼ ਪਿਤਾ ਦੇ ਅਸ਼ੇਰਾ, ਤੇਰੇ ਵੱਡੇ ਨਾ ਧਰਮੋ ਡੋਲੇ ਤੇ ਹਸੀ ਚਰਖੜੀਆਂ ਚੜ ਗਏ। ਹੋਇਆ ਏ ਰਾਹ ਚ ਦੁੱਖ ਪਹਾੜ ਜਿੱਡੇ ਤੇ ਢਿੱਲੀ ਪਈ, ਪਰ ਤੇਰੀ ਰਫਤਾਰ ਵੀ ਨਾ ਵਿਛੜ ਗਿਆ ਜੋ ਸਰਸਾ ਦੇ ਆਣ ਕੰਡੇ ਤੇ ਚੇਤੇ ਆਇਆ ਓ ਤੈਨੂੰ ਪਰਿਵਾਰ ਵੀ ਨਾ ਹੋਲਾ ਪਾਰ ਸੰਸਾਰ ਦਾ ਕਰਨਾ ਬਦਲੇ ਤੇ ਕੋਲ ਰੱਖਿਆ ਜੀਤ ਜਜਾਰ ਵੀ ਨਾ ਰੋਣ ਲੱਗੀ ਤੇ ਕੀਤਾ ਪੁੱਤਾਂ ਦਾ ਹੱਥੀ ਸਸਕਾਰ ਵੀ ਨਾ ਤੇ ਕੀਤਾ ਪੁੱਤਾਂ ਦਾ ਹੱਥੀ ਸਸਕਾਰ ਵੀ ਨਾ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲ ਐਡਾ ਮਕਾਮ ਦਾ।
ਦੇਖਿਆ ਨਾ ਹੰਸਾਂ ਦੇ ਪਿਆਰਿਆ ਪੁੱਤਰਾਂ ਨੂੰ ਤੇ ਚੋਲੀ ਮੌਤ ਦੀ ਪਾਵਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤਰ ਦੀ ਲਾਸ਼ ਉੱਤੇ ਤੇ ਗੀਤ ਖੁਸ਼ੀ ਦੇ ਗਾਵਦਾ ਵੇਖਿਆ ਨਾ ਤੇ ਗੀਤ ਖੁਸ਼ੀ ਦੇ ਗਾਵਦਾ ਵੇਖਿਆ ਨਾ ਖੋਲ ਪੋਲ ਕੇ ਬੜੇ ਇਤਿਹਾਸ ਵੇਖੇ ਤੇ ਕੋਈ ਵੀ ਹੱਸਣਾ ਪੁੱਤਾਂ ਨੂੰ ਤੇ ਲਾਸ਼ ਅੱਖਾਂ ਦੇ ਸਾਹਮਣੇ ਪਈ ਹੋਵੇ ਤੇ ਮਸਲਾ ਹੋਵੇ ਨਾ ਦਰਦ ਪਿਆਰ ਦਾ ਜੇ ਖੇਡਾਂ ਮਾਰੀ ਅਗਾਨੋ ਲੰਘ ਜਾਣਾ ਤੇ ਐਡਾ ਹੌਸਲਾ ਸੱਚੀ ਸ੍ਰੀਕਾਰੀ ਦਾ ਜੇ ਮਾਪਿਆਂ ਦੇ ਤੇ ਵਚਨ ਰਹਿੰਦਾ ਨਾ ਕੱਖਾਂ ਦੇ ਪਾਰ ਦਾ ਜੇ ਰੋਇਆ ਰੋਖਾ ਕਹਾੜੇ ਵਿੱਚ ਵੇਖ ਦੱਸਦਾ ਤੇ ਟੱਕ ਜੜਾਂ ਨੂੰ ਲਾਇਆ ਤਾਂ ਆਪਣੇ ਨੇ ਸ਼ੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ ਮੁਰਦਾ ਰੋ ਪਿਆ ਦਗੇ ਦੀ ਵੇਖ ਦੁਨੀਆ ਤੇ ਲਾਮੂ ਚ ਖਾ ਨੂੰ ਲਾਇਆ ਤਾਂ ਆਪਣੇ ਨੇ ਨੀਹਾਂ ਵਿੱਚ ਚਿਣਵਾਇਆ ਤਾਂ ਆਪਣੇ ਨੇ ਨੀਹਾਂ ਵਿੱਚ ਚਿਣਵਾਇਆ ਤਾਂ ਆਪਣੇ ਨੇ ਉਹ ਮਾਛੀ ਵਾੜੇ ਵਿੱਚ ਸੁੱਤਿਆ ਜਾਗ ਤੇ ਸਾਈ ਤੇ ਇਹ ਕੀ ਸੋਹਣਿਆ ਖੇਡਾਂ ਰਚਾ ਬੈਠਾ ਵਾਗਾ ਨੀਲੇ ਦੀਆਂ ਕਿੱਧਰ ਨੂੰ ਮੋੜ ਕੇ ਤੇ ਚਿੱਟਾ ਬਾਜ ਵੀ ਕਿੱਥੇ ਗਵਾ ਬੈਠਾ ਨਾ ਮਾਤ ਗੁਜਰੀ ਨਾ ਲਾਲੀ ਚਾਰੇ ਇਹ ਪੰਜ
ਸਾਂਝ ਪਿਆਰੇ ਵੀ ਕਿੱਥੇ ਗਵਾ ਬੈਠਾ ਤਖਤ ਛੱਡ ਕੇ ਪੂਰੀ ਆਨੰਦ ਵਾਲਾ ਤੇ ਡੇਰੇ ਜੰਗਲਾਂ ਵਿੱਚ ਕਿਉਂ ਲਾ ਬੈਠਾ ਪਰ ਜੰਮ ਦੇ ਵਰ ਮਰਦ ਜਵਾ ਵਿਰਲੇ ਗੱਪਾਂ ਮਾਰੀ ਗਵਾ ਹਜ਼ਾਰ ਜਾਂਦੇ ਤੇ ਪੂਰੇ ਕੌਲ ਕਰਾਰ ਨਵਾਉਣ ਵਿਰਲੇ ਚਕਾਨ ਵਿਰਲੇ ਤੇ ਦੀਦ ਪਾਉਣ ਦੀ ਤਾਣ ਚਕਾਨ ਵਿਰਲੇ ਓ ਤੇਰੇ ਵੱਡੇ ਨਾ ਤਰ ਮੂੰਹ ਡੋਲੇ ਹੱਸ ਚਰਖੜੀਆਂ ਤੇ ਚੜ ਗਏ ਗੁਰਮਤੀ ਗਾਡੀ ਰਾਹ ਛੱਡ ਕੇ ਕਿਉਂ ਕੱਚ ਡੰਡੀਆਂ ਤੇ ਲੈ ਗਿਆ ਦਸ਼ਮੇਸ਼ ਪਿਤਾ ਦਿਆ ਸ਼ੇਰਾ ਦਸ਼ਮੇਸ਼ ਪਿਤਾ ਦਿਆ ਸ਼ੇਰਾ ਤੂੰ ਕਿਹੜੇ ਰਸਤੇ ਪੈ ਗਿਆ ਦਸ਼ਮੇਸ਼ ਪਿਤਾ ਦਿਆ ਸ਼ੇਰਾ ਸਿੰਘ ਵਾਂਗ ਗਰਜਣਾ ਛੱਡ ਕੇ ਕਿਉਂ ਵਾਂਗ ਕਬੂਤਰ ਸਹਿ ਗਿਆ ਦਸ਼ਮੇਸ਼ ਪਿਤਾ ਦਿਆ ਸ਼ੇਰਾ ਦਸ਼ਮੇਸ਼ ਪਿਤਾ ਦਿਆ ਸ਼ੇਰਾ ਤੂੰ ਕਿਹੜੇ ਰਸਤੇ ਪੈ ਗਿਆ ਦਸ਼ਮੇਸ਼ ਪਿਤਾ ਦਿਆ ਸ਼ੇਰਾ ਓ ਇਸ ਧਰਤੀ ਤੇ ਸਨ ਵੀਰਿਆ ਤੈਨੂੰ ਬਖਸ਼ੀ ਰੱਬ ਸਰਦਾਰੀ ਛੱਡ ਕੇ ਮੋਜੀ ਸ਼ੁਭ ਕਰਮਣੀ ਛੱਡ ਕੇ ਕਿਉਂ ਮੰਦ ਕਲੀਰੀ ਖਹਿ ਗਿਆ ਦਸ਼ਮੇਸ਼ ਪਿਤਾ ਦਿਆ ਸ਼ੇਰਾ ਦਸ਼ਮੇਸ਼ ਪਿਤਾ ਦਿਆ ਸ਼ੇਰਾ ਤੂੰ ਕਿਹੜੇ ਰਸਤੇ ਪੈ ਗਿਆ ਦਸ਼ਮੇਸ਼ ਪਿਤਾ ਦਿਆ ਸ਼ੇਰਾ ਇਹਨਾਂ ਸ਼ਬਦਾਂ ਨਾਲ ਦਾਸ ਆਪ ਜੀ ਕੋਲੋਂ ਖਿਮਾ ਮੰਗਦਾ ਹੈ
ਇਹੀ ਹੱਥ ਜੋੜ ਕੇ ਬੇਨਤੀ ਕਰਦਾ ਹੈ, ਅੰਮ੍ਰਿਤ ਛਕੋ, ਸਿੰਘ ਸਜੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਿਆ ਕਰੋ ਜੀ, ਭੁੱਲਾਂ ਦੀ ਮਾਫੀ ਬਖਸ਼ੋ ਜੀ। ਦਾਸ ਭਾਈ ਜਸਵੀਰ ਸਿੰਘ ਮੋਹਲੇ ਕੇ ਸਾਥੀ ਅਜੇ ਪਾਲ ਸਿੰਘ ਪ੍ਰਾਚਾ, ਭਾਈ ਭੁਪਿੰਦਰ ਸਿੰਘ ਤੇੜਾ ਅਤੇ ਭਾਈ ਮਨਪ੍ਰੀਤ ਸਿੰਘ ਜੀ ਮੰਜਿਆਂ ਵਾਲੀ, ਜੋ ਦਾਸ ਦੇ ਨਾਲ ਕਵੀਸ਼ਰੀ ਦੇ ਰੂਪ ਵਿਚ ਸੇਵਾ ਨਿਭਾ ਰਹੇ ਹਨ। ਜਦੋਂ ਵੀ ਜਥੇ ਨੂੰ ਯਾਦ ਕਰਨਾ ਹੋਵੇ, ਦਾਸ ਦਾ ਫੋਨ ਨੰਬਰ 97-815-25-225, ਜਿੱਥੇ ਵੀ ਰੱਬ ਵਰਗੀਆਂ ਸੰਗਤਾਂ ਯਾਦ ਕਰਦੀਆਂ ਨੇ, ਸੰਗਤਾਂ ਦੇ ਚਰਨ ਪਰਸਣ ਵਾਸਤੇ, ਸੰਗਤਾਂ ਦੇ ਜੋੜੇ ਝਾੜਨ ਵਾਸਤੇ, ਸੰਗਤਾਂ ਦੇ ਚਰਨਾਂ ਚ ਹਾਜ਼ਰੀ ਲਵਾਉਣ ਵਾਸਤੇ ਉਸ ਜਗ੍ਹਾ ਉੱਤੇ ਦਾਸ ਪਹੁੰਚਦਾ। ਗੁਰੂ ਕਿਰਪਾ ਕਰੇ, ਸਾਰੀਆਂ ਸੰਗਤਾਂ ਦਾ ਧੰਨਵਾਦ। ਇਹਨਾਂ ਕੁਝ ਕਹਿੰਦੇ ਹੋਏ ਆਓ, ਪਿਆਰ ਨਾਲ ਫਤਿਹ ਸਾਂਝੀ ਕਰੋ, ਬਖਸ਼ੋ ਅਸੀਸਾਂ ਤੇ ਆਖੋ ਜੀ ਵਾਹਿਗੁਰੂ।